ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੈਂ ਰਣਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਇੰਟਰਵਿਊ ਕਰਨ ਜਾ ਰਹੇ ਆ ਆਪਾਂ ਨਵਜੀਤ ਬੁੱਟਰ ਜੀ ਦੀ ਨਵਜੀਤ ਬੁੱਟਰ ਜੀ ਮੈਂ ਹਲਕਾ ਜਿਹਾ ਤੁਹਾਨੂੰ ਮੈਂ ਦੱਸ ਦਿਆਂ ਜੀ ਵੈਸੇ ਤੇ ਤੁਸੀਂ ਪੱਲੀ ਪਾਂ ਤੇ ਇਹਨਾਂ ਦੇ ਨਾਂ ਤੋਂ ਵਾਕਿਫ ਹੋਗੇ ਵਿਰਸਾ ਆਰਟ ਦੇ ਨਾਂ ਤੇ ਤੁਸੀਂ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਫਿਲਮਾਂ ਤੁਸੀਂ ਵੇਖੀਆਂ ਨੇ ਗਾਣਿਆਂ ਦੀਆਂ ਤੇ ਉਸ ਨਾਂ ਦੇ ਪਿੱਛੇ ਜਿਹੜੀਆਂ ਸਖਸ਼ੀਤਾਂ ਸੀਗਾ ਉਹਨਾਂ ਦੇ ਵਿੱਚੋਂ ਇੱਕ ਨਵਜੀਤ ਬੁੱਟਰ ਜੀ ਇਸ ਟਾਈਮ ਸਾਡੇ ਕੋਲ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਨੇ ਸਾਡੇ ਕੋਲ ਮੈਲਬੌਰਨ ਦੇ ਵਿੱਚ ਪਹੁੰਚੇ ਨੇ ਤੇ ਰੇਡੀਓ ਹਾਂਜੀ ਦੇ ਸਟੂਡੀਓ ਦੇ ਵਿੱਚ ਇਸ ਟਾਈਮ ਮੌਜੂਦ ਨੇ ਗੱਲਬਾਤ ਦਾ ਸਿਲਸਿਲਾ ਇਹਨਾਂ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਜਾਣਾਂਗੇ ਇਹਨਾਂ ਦੇ ਸਫ਼ਰ ਬਾਰੇ ਇਹਨਾਂ ਦੇ ਕੈਰੀਅਰ ਦੇ ਬਾਰੇ ਆਉਣ ਵਾਲੇ ਮਨਸੂਬਿਆਂ ਦੇ ਬਾਰੇ ਤੇ ਆਸਟ੍ਰੇਲੀਆ ਕਿਦਾਂ ਦਾ ਲੱਗਾ ਇਸ ਬਾਰੇ ਬੁੱਟਰ ਸਾਹਿਬ ਸਭ ਤੋਂ ਪਹਿਲਾਂ ਤੇ ਨਿੱਗੀ ਜੀ ਆਇਆਂ ਆ ਆਸਟ੍ਰੇਲੀਆ ਤੇ ਰੇਡੀਓ ਹਾਂਜੀ ਦੇ ਸਟੂਡੀਓ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਮੋਸਟ ਵੈਲਕਮ ਜੀ ਬਈ ਥੈਂਕ ਯੂ ਤੇ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੁੱਟਰ ਸਾਹਿਬ ਸਭ ਤੋਂ ਪਹਿਲਾਂ ਤੇ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਪਿਸ਼ੋਕੜ ਤੋਂ ਵੈਸੇ ਤੇ ਸਾਰਿਆਂ ਨੂੰ ਪਤਾ ਹੈ ਜੀ ਬੜਾ ਵਧੀਆ ਤੁਸੀਂ ਕੰਮ ਕਰ ਰਹੇ ਜੇ ਵੀਡੀਓਜ਼ ਦਾ ਜੇ ਮੈਂ ਨਾਂ ਲੈਣਾ ਸ਼ੁਰੂ ਕਰਾਂ ਤੇ ਸ਼ਾਇਦ ਆਪਣੀ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਆਪਾਂ ਨਾਂ ਹੀ ਲੈਂਦੇ ਰਹਿ ਜੀਏ ਸੋ ਸਭ ਤੋਂ ਪਹਿਲਾਂ ਤੇ ਹਲਕਾ ਜਿਹਾ ਆਪਣੇ ਪਿਸ਼ੋਕੜ ਬਾਰੇ ਦੱਸੋ ਵੀਡੀਓ ਦਾ ਜਿਹੜਾ ਸਿਲਸਿਲਾ ਵਾ ਉਹ ਕਿਦਾਂ ਸ਼ੁਰੂ ਕੀਤਾ ਕਿੱਥੋਂ ਪੜ੍ਹਾਈ ਬੇਸਿਕ ਲਈ ਭਾਜੀ ਮੈਂ ਵੜਿਆ ਤਾਂ ਕਦੇ ਹੈ ਨਹੀਂ ਮੈਂ ਫਿਲਮ ਮੇਕਿੰਗ ਦੀ ਕਦੇ ਕੋਈ ਸਟੱਡੀ ਨਹੀਂ ਕੀਤੀ ਵਾਹ ਜੀ ਵਾਹ ਜੀ ਮੈਂ ਵੈਸੇ ਤਾਂ ਮੈਂ MBA ਦਾ ਸਟੂਡੈਂਟ ਹਾਂ ਇੰਟਰਨੈਸ਼ਨਲ ਬਿਜ਼ਨਸ ਦੇ ਵਿੱਚ ਮੈਂ MBA ਕੀਤੀ ਹੈ ਜੀ ਤੇ ਜਿੱਦਾਂ ਮੈਨੂੰ ਸ਼ੁਰੂ ਤੋਂ ਫੋਟੋਗ੍ਰਾਫੀ ਦਾ ਸ਼ੌਂਕ ਹੁੰਦਾ ਇਸ ਤੇ ਮੇਰੇ ਨਾਲ ਮੇਰੇ 파ਰਟਨਰ ਹੁੰਦੇ ਸੀਗੇ ਜਿਹੜੇ ਰਵਿੰਦਰ ਖਹਿਰਾ ਹੈ ਨਾ ਜੀ ਜੋ ਕਿ ਐਡੀਟਿੰਗ ਦਾ ਸ਼ੌਂਕ ਰੱਖਦੇ ਸੀ ਨਾ ਜੀ ਤੇ 9th ਕਲਾਸ ਤੋਂ ਮੈਂ ਇਦਾਂ ਹੀ ਫੋਟੋਗ੍ਰਾਫੀ ਕਰਦਾ ਰਿਹਾ ਤੇ ਉਹ ਐਡੀਟਿੰਗ ਕਰਦੇ ਰਹਿੰਦੇ ਸੀਗੇ ਤੇ ਅਸੀਂ ਅੱਗੇ ਇਦਾਂ ਇਦਾਂ ਹੀ ਇਕੱਠੇ ਹੋ ਕੇ ਫਿਰ ਕਵਰ ਵੀਡੀਓਜ਼ ਬਣਾਉਣੇ ਸ਼ੁਰੂ ਕਰਤੇ ਜੀ ਤੇ ਇਦਾਂ ਹੀ ਫਿਰ ਸਾਨੂੰ ਚਾਂ ਤੇ ਜੀ ਸੋ ਕੋਈ ਬੇਸਿਕ ਪੜਾਈ ਨਾ ਕਰਕੇ ਸਿਰਫ ਇੱਕ ਸ਼ੌਂਕ ਨੂੰ ਤੁਸੀਂ ਆਪਣੇ ਕਿੱਤੇ ਦੇ ਵਿੱਚ ਤਬਦੀਲ ਕਰ ਲਿਆ ਜੀ ਭਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬੁੱਟਰ ਸਾਹਿਬ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਜੀ ਪੰਜਾਬ ਤੋਂ ਐਸੀ ਭਾਜੀ ਮੇਰਾ ਪਿੰਡ ਤਾਂ ਤੁਹੀ ਹੈ ਪਰ ਮੇਰਾ ਜ਼ਿਆਦਾ ਟਾਈਮ ਨਾਬਾ ਸ਼ਹਿਰ ਦੇ ਵਿੱਚ ਗੁਜ਼ਰਿਆ ਜੀ ਇਹ ਇਹ ਜਿਹੜਾ ਪਿੰਡ ਹੈ ਇਹ ਨਾਬੇ ਏਰੀਆ ਚ ਪੈਂਦਾ ਹੈ ਜੀ ਨਾਬੇ ਤੋਂ ਕੁਛ 3 ਕਿਲੋਮੀਟਰ ਦੂਰ ਹੈ ਵਾਹ ਜੀ ਵਾਹ ਜੀ ਗੋਡਿਆ ਜੀ ਤੇ ਬੋਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਵਾ ਸ਼ੁਰੂ ਤੋਂ ਤੁਹਾਡੇ ਕੋਈ ਮਨਸੂਬੇ ਨਹੀਂ ਸੀ ਇੱਕ ਸ਼ੌਂਕ ਨੂੰ ਤੁਸੀਂ ਆਪਣਾ ਬਾਅਦ ਵਿੱਚ ਜਾ ਕੇ ਤੇ ਕਿਤੇ ਦੇ ਵਿੱਚ ਤਬਦੀਲ ਕਰ ਲਿਆ ਜੀ ਕੀ ਸ਼ੁਰੂ ਤੋਂ ਕੋਈ ਸੀਗਾ ਇਦਾਂ ਦਾ ਮਨਸੂਬਾ ਕਿ ਆਪਾਂ ਇਸ ਲਾਈਨ ਦੇ ਵਿੱਚ ਜਾਣਾ ਜਾਂ ਕਿਸਮਤੀ ਬਾਹ ਫੜ ਕੇ ਲੈ ਗਈ ਨੇ ਮੈਂ ਬੰਨਾਂ ਦਾ ਬੇਸਿਕਲੀ ਫੋਟੋਗ੍ਰਾਫਰ ਚਾਹੁੰਦਾ ਸੀਗਾ ਮੈਨੂੰ ਸੀਮਾ ਨੈਸ਼ਨਲ ਜਰਨਲ ਰਿਪੋਰਟ ਲਈ ਕੰਮ ਕਰਾਂ ਬਟ ਵਾਹ ਜੀ ਵਾਹ ਜਿਹਦਾ ਸ਼ੌਂਕ ਕਿਸਮਤ ਹੈ ਜੀ ਕਿਹੜੇ ਕਿਹੜੇ ਪਾਸੇ ਨੂੰ ਲੈ ਜੇ ਤੁਹਾਡੇ ਨਸੀਬ ਨੇ ਜਿਹੜੇ ਪਾਸੇ ਨੂੰ ਤੁਸੀਂ ਜਾਣਾ ਆਪਮਾਰੇ ਤੁਸੀਂ ਤੁਰੇ ਜਾਣਾ ਹੁਣ ਕੀ ਫੀਲ ਕਰਦੇ ਜੇ ਇੱਕ ਸਟੇਜ ਤੇ ਬੰਦੇ ਨੇ ਸੋਚਿਆ ਹੀ ਨਾ ਹੋਵੇ ਕਿ ਮੈਂ ਇਸ ਪਾਸੇ ਨੂੰ ਜਾਣਾ ਵੀ ਆ ਜਾਂ ਖਰੇ ਨਹੀਂ ਜਾਣਾ ਤੇ ਹੁਣ ਇਸ ਬਲੰਦੀ ਤੇ ਪਹੁੰਚ ਕੇ ਹੁਣ ਕੀ ਮਹਿਸੂਸ ਕਰਦੇ ਜੇ ਡਿਸੀਜਨ ਕਿਦਾਂ ਰਿਹਾ ਮੈਂ ਤਾਂ ਇਹ ਕਹੂੰਗਾ ਜੋ ਹੋਇਆ ਚੰਗਾ ਹੋਇਆ ਕਿਉਂਕਿ ਮੈਂ ਇੱਥੇ ਪਹਿਲਾਂ ਵੀ ਐਜ਼ ਅ ਸਟੂਡੈਂਟ ਆ ਚੁੱਕਿਆ ਹਾਂ ਜੀ 2007 ਦੇ ਵਿੱਚ ਸਿਡਨੀ ਤੇ ਐਜ਼ ਅ ਕੁੱਕਰੀ ਸਟੂਡੈਂਟ ਆਇਆ ਸੀਗਾ ਅੱਛਾ ਜੀ ਤੇ ਮੈਂ ਕੋਈ 4-5 ਮਹੀਨੇ ਬਾਅਦ ਵਾਪਸ ਫੇਅਰ ਇੰਡੀਆ ਚਲਾ ਗਿਆ ਸੀ ਕਿਉਂਕਿ ਮੇਰਾ ਉਧਰ ਇੰਟਰਸਟ ਨਹੀਂ ਸੀਗਾ ओके ओके सो ਕੀ ਮਤਲਬ ਇੰਟਰਸਟ ਨਹੀਂ ਬਣਿਆ ਪੜਾਈ ਦੇ ਵਿੱਚ ਜਾਂ ਮਤਲਬ ਕੁੱਕੜ ਨਹੀਂ ਵੱਡੇ ਗਏ ਜਾਂ ਨਹੀਂ ਜਦੋਂ ਉਹਨਾਂ ਨੇ ਮੈਨੂੰ ਚਾਕੂ ਛੂਰੀਆਂ ਦਿੱਤੀਆਂ ਤੇ ਮੈਂ ਕਹਿੰਦੀ ਇਹ ਨਹੀਂ ਗੱਲ ਬਣਨੀ ਅੱਛਾ ਜੀ 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 ਚਾ ਵਦਿਆ ਨੂੰ ਵੀ ਸੋਚਿਆ ਕਿ ਚਲੋ ਵਾਪਸ ਚੱਲਦੇ ਹਾਂ ਹੁਣ ਜੀ ਜੀ ਤੇ ਕੀ ਉਹ ਐਕਸਪੀਰੀਅੰਸ ਉਸ ਟਾਈਮ ਦਾ ਕੀ ਰਿਹਾ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਨੂੰ ਛੱਡ ਕੇ ਮੈਂ ਜਿੱਦਾਂ ਮੈਂ ਪਹਿਲੀ ਜੌਬ ਇੱਥੇ ਕੀਤੀ ਮੈਂ KFC ਸਿਡਨੀ ਸੇਂਟ ਪੀਟਰਸ ਕੰਮ ਕਰਦਾ ਰਿਹਾ ਭਾਈ ਜੀ ਤੇ ਮੇਰੀ ਪਹਿਲੀ ਸੈਲਰੀ ਮੈਨੂੰ ਇੱਥੋਂ ਮਿਲੀ ਤੇ ਮੈਨੂੰ ਬਹੁਤ ਕੁਝ ਸਿੱਖਿਆ ਭਾਈ ਮੈਨੂੰ ਉਦੋਂ ਮੈਂ 17 ਸਾਲ ਦਾ ਸੀਗਾ ਤੇ ਮੈਂ ਕਹਿ ਸਕਦਾ ਦੁਨੀਆਦਾਰੀ ਦੇ ਜੋ ਬੇਸਿਕ ਰੂਲਸ ਨੇ ਸਾਰੇ ਮਨੁੱਥੀ ਪਤਾ ਲੱਗੇ ਸੋ ਕਹਿ ਸਕਦੇ ਆ ਕਿ ਜਿਹੜੇ ਉਹ ਥੋੜੇ ਜੇ ਸਮੇਂ ਦੇ ਵਿੱਚ ਤੁਸੀਂ ਇੱਥੋਂ ਸਕਿੱਲ ਸਿੱਖੇ ਉਹ ਬਹੁਤ ਉਹ ਜਾ ਕੇ ਇੰਡੀਆ ਦੇ ਵਿੱਚ ਫਿਰ ਕਾਫੀ ਕੰਮ ਆਇਆ ਕਾਫੀ ਜਗ੍ਹਾ ਤੇ ਇੰਪਲੀਮੈਂਟ ਕੀਤੇ ਤੇ ਕਿਦਾਂ ਪੜ੍ਹਾਈ ਫਿਰ ਜਾ ਕੇ ਉੱਥੇ ਵਾਪਸ ਸ਼ੁਰੂ ਕਰਤੀ ਜਾਂ ਕੰਮਕਾਰ ਸ਼ੁਰੂ ਕਰ ਲਿਆ ਨਹੀਂ ਭਾਈ ਮੈਂ ਪਹਿਲਾਂ ਜਾ ਕੇ ਤਾਂ ਉੱਥੇ ਡਿਪਲੋਮਾ ਕੀਤਾ ਹੀ ਕੰਪਿਊਟਰ ਹਾਰਡਵੇਅਰ ਦਾ ਹੀ ਹਾਰਡਵੇਅਰ ਤੇ ਇੰਜੀਨੀਅਰਿੰਗ ਦਾ ਹੀ ਤੇ ਫਿਰ ਮੈਂ ਬੈਚਲਰ ਇਨ ਬਿਜ਼ਨਸ ਕੀਤੀ ਤੇ ਨਾਲ ਨਾਲ ਅਸੀਂ ਕਵਰ ਵੀਡੀਓ ਸ਼ੁਰੂ ਕਰਤੀ ਅਸੀਂ ਬਣਾਉਣੀ ਆ ਜੀ ਤੇ ਬੀਬੀ ਦੇ ਸੈਕੰਡ ইয়ার ਦੇ ਵਿੱਚ ਸਾਨੂੰ ਮੈਨੂੰ ਜੱਸੀ ਗਿੱਲ ਜੋ ਵੀਰ ਹਨ ਜੱਸੀ ਗਿੱਲ ਜੀ ਅੱਜ ਕੱਲ ਬਹੁਤ ਮਸ਼ਹੂਰ ਸਿੰਗਰ ਨੇ ਤੇ ਉਹਨਾਂ ਦੇ ਥਰੂ ਸਾਨੂੰ ਚਾਂਸ ਮਿਲਿਆ ਐਮ ਸਫੀ ਲੈਨਸਰ ਵਾਲੇ ਹਾਂਜੀ ਹਾਂ ਨੀ ਲੈਨਸਰ ਵਾਲੇ ਜੀ ਤੇ ਉਹਨਾਂ ਨੇ ਸਾਨੂੰ ਅੱਗੇ ਮਲਾਇਆ ਐਮ ਸਫੀ ਸਿੰਗਰ ਨੇ ਜੀ ਜਿਨ੍ਹਾਂ ਦਾ ਗਾਣਾ ਸੀ ਪਹਿਲਾ ਸੌਂ ਪ੍ਰੋਫੈਸ਼ਨਲ ਸੀ ਪਹਿਲਾ ਸੌਂ ਕੀਤਾ ਸੀਗਾ ਮਿੱਤਰੋ ਨਿਸ਼ਾਨੀਆਂ ਛੱਡਣ ਦੀਆਂ ਅੱਛਾ ਉਹ ਤੁਹਾਡਾ ਤੁਹਾਨੇ ਕੈਰੀਅਰ ਦਾ ਪਹਿਲਾ ਗਾਣਾ ਸੀ ਜੀ 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 ਸੋ ਕਿਦਾਂ ਰਿਹਾ ਪਹਿਲਾ ਐਕਸਪੀਰੀਅੰਸ ਉਹਨੂੰ ਕਾਫੀ ਗੁੱਡ ਰਿਸਪੌਂਸ ਆਇਆ ਤੇ ਜੱਸੀ ਵੀਰੇ ਨੂੰ ਵੀ ਕੰਮ ਪਸੰਦ ਆਇਆ ਤੇ ਉਹਨਾਂ ਨੇ ਫਿਰ ਸਾਡੇ ਨਾਲ ਦੂਜਾ ਟਰੈਕ ਕੀਤਾ ਚੂੜੀਆਂ ਜੀ ਜਾਣ ਜਾਣ ਨੰਗੇ ਚਣਕਾ ਕੇ ਕਰਦੇ ਚੂੜੀਆਂ ਜੀ ਤੇ ਕੀ ਸੋਚਦੇ ਬੁੱਟਰ ਸਾਹਿਬ ਕਿਹੜਾ ਉਹ ਇੱਕ ਪੁਆਇੰਟ ਸੀ ਕਿਉਂਕਿ ਆਪਾਂ ਸਫ਼ਰ ਤੇ ਆਪਾਂ ਹੋ ਸਕਦਾ ਬੜੀ ਪਹਿਲਾਂ ਵੀ ਤੇ ਬੜੀ ਬਾਅਦ ਚ ਵੀ ਸ਼ੁਰੂ ਕਰ ਲੀਦਾ ਕਿਸੇ ਵੇਲੇ ਪਰ ਇੱਕੋ ਪੁਆਇੰਟ ਹੁੰਦਾ ਜਦੋਂ ਬੰਦੇ ਨੂੰ ਇਸ ਚੀਜ਼ ਦਾ ਰਿਅਲਾਈਜ਼ ਹੁੰਦਾ ਕਿ ਨਹੀਂ ਹੁਣ ਕੰਮ ਕਰਨ ਦਾ ਮਜ਼ਾ ਆਇਆ ਕਿਹੜਾ ਪੁਆਇੰਟ ਸੀ ਉਹ ਪਾਜੀ ਜਦੋਂ ਅਸੀਂ ਦੇਖੋ ਜਿਹਦਾ ਸੋਸ਼ੀਅਲੀ ਬਹੁਤ ਐਕਟਿਵ ਸੀ ਉਦੋਂ ਵਰਕਟ ਚੱਲਦਾ ਸੀ ਨਾ ਜਦੋਂ ਸਾਡੇ ਕੰਮ ਨੂੰ ਐਪਰੀਸ਼ੀਏਸ਼ਨ ਮਿਲਦੀ ਸੀ ਕਿਉਂਕਿ ਅਸੀਂ ਕਦੇ ਸਿੱਖੇ ਨਹੀਂ ਕਦੇ ਕਿਸੇ ਦਿਨ ਅੰਡਰ ਟ੍ਰੇਨਿੰਗ ਨਹੀਂ ਲੀਤੀ ਜਿੱਦਾਂ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਸੀ ਸਾਨੂੰ ਉਦੋਂ ਲੱਗਦਾ ਸੀ ਵੀ ਸ਼ਾਇਦ ਅਸੀਂ ਕਰ ਸਕਦੇ ਅੱਗੇ ਹੋਰ ਵਧੀਆ ਨਾ ਤੇ ਉਹੀ ਚੀਜ਼ ਜਿਹੜੀ ਹਮੇਸ਼ਾ ਸਾਨੂੰ ਮੋਟੀਵੇਟ ਕਰਦੀ ਹੁੰਦੀ ਤੇ ਜੀ ਮੋਰ-ਮੋਰ ਕਰਦੇ ਸਪੋਰਟ ਜਿਹੜੇ ਕਹਿੰਦੇ ਚਲੋ ਕਰੋ ਤੁਸੀਂ ਕਰੋ ਕਰੋ ਤੇ ਕਿਹੜੀ ਮੇਰੀ ਪੁੱਛਣ ਦੀ ਮਰਾਦ ਕਹਿਣ ਦੀ ਏ ਸੀ ਕਿਹੜੀ ਉਹ ਐਸੀ ਵੀਡੀਓ ਸੀ ਜਿਹਤੋਂ ਲੱਗਾ ਕਿ ਨਹੀਂ ਹੁਣ ਮੇਟਾ ਦਾ ਮੁੱਲ ਮੋੜਨ ਲੱਗ ਪਿਆ ਉਹ ਸੀ ਰਣਜੀਤ ਬਾਵਾ ਜੀ ਦੀ ਜੱਟ ਦੀ ਅਕਲ ਜੱਟ ਦੀ ਅਕਲ ਜੀ ਉਹਦਾ ਕਾਫੀ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਸਾਨੂੰ ਜੀ ਸਪੈਸ਼ਲੀ ਬਾਹਰੋਂ ਬਾਹਰ ਤੇ ਆਡੀਅנס ਨੇ ਬਹੁਤ ਪਸੰਦ ਕੀਤਾ ਯੂਟਿਊਬ ਬਹੁਤ ਵਧੀਆ ਜੀ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਜੀ ਇੱਕ ਨਵਕਲੀ ਤਰ੍ਹਾਂ ਦਾ ਜਿਹੜਾ ਇੱਕ ਟ੍ਰੈਂਡ ਸ਼ੁਰੂ ਕੀਤਾ ਵਾ ਮਿਊਜ਼ਿਕ ਪੰਜਾਬੀ ਜਿਹੜੇ ਗਾਣੇ ਨੇ ਉਹਨਾਂ ਦੀਆਂ ਵੀਡੀਓਜ਼ ਨੂੰ ਲੈ ਕੇ ਜੇਕਰ ਇੱਕ ਟ੍ਰੈਂਡ ਨੂੰ ਤੋੜ ਕੇ ਨਵਾਂ ਟ੍ਰੈਂਡ ਸਥਾਪਿਤ ਕਰਨ ਦੇ ਵਿੱਚ ਕੋਈ ਕਾਮਯਾਬ ਹੋਇਆ ਤੇ ਉਹ ਨਾਂ ਆਉਂਦਾ ਜੀ ਵਿਰਸਾ ਆਰਟਸ ਦਾ ਇੱਕ ਵੀਡੀਓਜ਼ ਦੇ ਵਿੱਚ ਪਹਿਲਾਂ ਆਂ ਵੀਡੀਓਜ਼ ਤੇ ਹੁਣ ਜਿਹੜੀਆਂ ਵੀਡੀਓ ਇਹਨਾਂ ਇਹਨਾਂ ਦੇ ਟਾਈਮ ਤੋਂ ਬਣਨ ਲੱਗੀਆਂ ਨੇ ਇੱਕ ਨਵेकਲਾ ਪਾਣਿਆ ਇੱਕ ਇਹਨਾਂ ਨੇ ਨਵਾਂ ਰਾਹ ਦਿੱਤਾ ਵਾ ਇਸ ਲਾਈਨ ਨੂੰ ਤੇ ਇਹ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਇੱਕ ਪਿਛਲੇ ਦਿਨੀ ਇਹਨਾਂ ਨੇ ਬੜੀ ਸੋਹਣੀ ਵੀਡੀਓ ਇੱਕ ਬਣਾਈਆਂ ਜੀ ਕਨਵਰ ਗਰੇਵਾਲ ਜੀ ਦੀ ਮਸਤਾਨਾ ਜੋਗੀ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਆ ਬੜੀ ਇੱਕ ਡੂੰਗੀ ਵੀਡੀਓ ਬਣਾਈਆਂ ਇਹਨਾਂ ਨੇ ਤੇ ਬੜੀ ਸਲਾਹ ਸਲਾਉਣਯੋਗ ਵੀਡੀਓ ਹੈ ਜਿਹੜੇ ਸਾਡੇ ਸਰੋਤੇ ਲੇਟ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਜੀ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ ਨਵਜੀਤ ਪੁੱਤਰ ਜੀ ਦੇ ਨਾਲ ਨਵਜੀਤ ਪੁੱਤਰ ਜੀ ਜਿਹੜੇ ਕਿ ਸ਼ੁਰੂਆਤ ਜਿਨ੍ਹਾਂ ਨੇ ਐਜ਼ ਅ ਵਿਰਸਾ ਆਰਟ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜੀ ਤੇ ਅੱਜ ਕੱਲ ਆਪਣਾ ਇੱਕ ਵੱਖਰੇ ਅੰਦਾਜ਼ ਦੇ ਵਿੱਚ ਆਪਣਾ ਇੱਕ ਵੱਖਰਾ ਨਾਂ ਸਥਾਪਿਤ ਕਰ ਚੁੱਕੇ ਨੇ ਜੇਕਰ ਮੈਂ ਵੀਡੀਓਜ਼ ਦਾ ਨਾਂ ਲੈਣਾ ਚਾਹਾਂ ਤੇ ਉਹਦੇ ਵਿੱਚ ਮਸਤਾਨਾ ਜੋਗੀ ਹੁਣੇ ਤੁਸੀਂ ਉਹ ਵੀਡੀਓ ਜਿਹੜੀ ਉਹ ਗਾਣਾ ਸੁਣਿਆ ਵਾ ਬਹੁਤ ਪਿਆਰੀ ਵੀਡੀਓ ਪ੍ਰੀਤ ਹਰਪਾਲ ਜੀ ਦਾ ਮਾਂ ਗਾਣਾ ਨੋਟ ਰਾਜਵੀਰ ਇਹ ਇੱਕ ਵਿਆਹ ਦੀ ਤਰੀਕ ਉਪਕਾਰ ਸੰਧੂ ਜੀ ਤੇ ਆਪਣਾ सोनू कक्कड़ ਜੀ ਦਾ ਇੱਕ ਗਾਣਾ ਤੁਸੀਂ ਕੀਤਾ ਮਤਲਬ ਜੇ ਆਪਾਂ ਕਹੀਏ ਕਿ ਜਿੰਨੀਆਂ ਵੀ ਵੀਡੀਓਜ਼ ਹੁਣ ਆਪਾਂ ਤੁਹਾਡੀਆਂ ਆਪਣੀਆਂ ਵੀਡੀਓਜ਼ ਜਿਹੜੀਆਂ ਵਿਰਸਾੜ ਤੋਂ ਅਲੱਗ ਦੀ ਵੀ ਆਪਾਂ ਗੱਲ ਕਰੀਏ ਤੇ ਕੱਲੀ-ਕੱਲੀ ਵੀਡੀਓ ਜਿਹੜੀ ਆ ਉਹਨੇ ਆਪਣਾ ਇੱਕ ਮੁਕਾਮ ਹਾਸਲ ਕੀਤਾ ਇਹਦੇ ਵਿੱਚ ਮੇਰਾ ਖਿਆਲ ਮੈਂ ਮਿਸ ਕਰ ਗਿਆ ਐਮੀ ਵਿਰਕ ਜੀ ਦਾ ਇੱਕ ਗਾਣਾ ਤੁਸੀਂ ਕੀਤਾ ਜੀ ਬਹੁਤ ਵਧੀਆ ਬੜਾ ਸਰਾਇਆ ਗਿਆ ਉਹ ਵੀ ਗਾਣਾ ਤੇ ਇਹਦੇ ਵਿੱਚ ਮੈਂ ਤੁਹਾਡੇ ਕੋਲੋਂ ਬੁੱਟਰ ਸਾਹਿਬ ਇਹ ਪੁੱਛਣਾ ਚਾਹੂੰਗਾ ਕਿ ਤੁਹਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹ ਸਰੋਤੇ ਜਾਂ ਦਰਸ਼ਕ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਬਹੁਤ ਸੁਣਨ ਦੇ ਵਿੱਚ ਆਉਂਦੀ ਆ ਕਿ ਤੁਹਾਡੇ ਕਨਸੈਪਟ ਇੱਕ ਨਵਕਲੇ ਕਨਸੈਪਟ ਹੁੰਦੇ ਨੇ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਾਂ ਵੀਡੀਓ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਵੇਖਣ ਨੂੰ ਮਿਲੇ ਕੀ ਰੀਜ਼ਨ ਹੈ ਉਹਦੇ ਪਿੱਛੇ ਕੋਈ ਖਾਸ ਸੋਚ ਜਾਂ ਕੀ ਕਿਹੜੀ ਚੀਜ਼ ਨੂੰ ਸਹਾਰਾ ਦੇਣਾ ਚਾਹੋਗੇ ਕਿਉਂਕਿ ਭਾਈ ਜਿੱਦਾ ਅਸੀਂ ਛੋਟੇ ਹੁੰਦੇ ਵੀਡੀਓਜ਼ ਦੇਖਦੇ ਹੁੰਦੇ ਸੀ ਨਾ ਉਹਦੇ ਚ ਕੀੰਦਾ ਤੇ ਕਾਰ ਦੇਣਾ ਸਿੰਗਰ ਨੂੰ ਖੜਾਇਆ ਨਾਲ ਕੁੜੀਆਂ ਨੱਚੀਆਂ ਸਾਰਾ ਗੱਲ ਨਿਕਲ ਗਿਆ ਜੀ ਆ ਹੋਰ ਹੋ ਗਿਆ ਇਦਾਂ ਦਾ ਕੋਈ ਚੱਲੇ ਮਤਲਬ ਜਦੋਂ ਉਹਦੋਂ ਵੀ ਅਸੀਂ ਦੇਖਦੇ ਸੀ ਗਾਣੇ ਨਾ ਤਾਂ ਹੁੰਦਾ ਸੀ ਵੀ ਇਹ ਇਦਾਂ ਕਿਉਂ ਨਹੀਂ ਕਰਦੇ ਹਨ ਇਹ ਚਾਹ ਚੀਜ਼ ਹੋ ਸਕਦੇ ਇਦਾਂ ਮੈਂ ਭੇਟ ਚਾਲ ਜਿਹੜੀ ਆ ਉਹਨੂੰ ਤੋੜਨਾ ਕਿਦਾਂ ਜੀ 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 ਤੇ ਉਥੋਂ ਇਹ ਚੀਜ਼ਾਂ ਨਿਕਲ ਕੇ ਆ ਪਰ ਫਿਰ ਵੀ ਇਹ ਇਹ ਚੀਜ਼ ਠੀਕ ਆ ਆਪਾਂ ਇੱਕ ਚੀਜ਼ ਅਬਜ਼ਰਵ ਕਰ ਲਈ ਕਿ ਆ ਚੀਜ਼ ਯਾਰ ਵਾਰ-ਵਾਰ ਰਿਪੀਟ ਹੁੰਦੀ ਆ ਇਹ ਨਹੀਂ ਹੋਣੀ ਚਾਹੀਦੀ ਪਰ ਉਸ ਤੋਂ ਬਾਅਦ ਗੱਲ ਆਉਂਦੀ ਆ ਕਿ ਜੇ ਇਹ ਨਹੀਂ ਹੋਣੀ ਚਾਹੀਦੀ ਤਾਂ ਕੀ ਹੋਣਾ ਚਾਹੀਦਾ ਉਹ ਕਿੱਥੋਂ ਆਈ ਉਹ ਮੈਂ ਕਹੂੰਗਾ ਸ਼ਾਇਦ ਸਾਡੀ ਜੋ ਇੰਟਰਸਟ ਸੀਗਾ ਨਾ ਵੀ ਅਸੀਂ ਆ ਕਰੀਏ ਨਾ ਵੀ ਇਦਾਂ ਇਦਾਂ ਕਿਉਂ ਨਹੀਂ ਹੁੰਦਾ ਨਾ ਉਹ ਕਿਉਂ ਕਰਕੇ ਸ਼ਾਇਦ ਮੁੱਲ ਆਦਾ ਇਹ ਚੀਜ਼ ਅੱਗੇ ਆਈ ਤੇ ਜਿੱਦਾਂ ਬਾਕੀ ਰਿਪਰੈਜ਼ੈਂਟੇਸ਼ਨ ਆਪਾਂ ਜੀ ਇਹ ਨਾ ਇਹ ਵੇ ਆਫ ਵਰਕਿੰਗ ਆ ਆਪਣਾ ਆਪਣਾ ਸਟਾਈਲ ਆ ਕੋਈ ਕਨਸੈਪਟ ਤੇ ਜਾਂਦੇ ਨੇ ਕੋਈ ਕਿੱਦਾਂ ਜਾਂਦੇ ਨੇ ਨਾ ਜੀ ਜੋ ਸਾਡਾ ਟੇਸਟ ਬਣ ਚੁੱਕਾ ਜੋ ਸਾਡਾ ਫਲੇਵਰ ਬਣ ਚੁੱਕਾ ਉਹ ਮੰਨ ਲਓ ਲੱਗਦਾ ਵੀ ਕਨਸੈਪਟ ਤੇ ਸਾਡੇ ਲੋਕ ਸਾਡੇ ਕਨਸੈਪਟ ਪਸੰਦ ਕਰਦੇ ਆ ਨਾ ਕਿਉਂਕਿ ਉਹਨਾਂ ਨੂੰ ਹੁੰਦਾ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ ਨਵਾਂ ਲੈ ਕੇ ਆਉਂਦੇ ਬਿਲਕੁਲ ਜੀ ਇੱਕ ਵੀਡੀਓ ਜਦੋਂ ਪਤਾ ਲੱਗੇ ਕਿ ਨਵਜੀਤ ਬੁੱਟਰ ਜੀ ਦੀ ਬਣੀ ਵੀਡੀਓ ਆ ਤੇ ਵੇਖਣ ਤੋਂ ਪਹਿਲਾਂ ਹੀ ਇੱਕ ਦਿਮਾਗ ਚ ਆਉਂਦੀ ਆ ਚੀਜ਼ ਕਿ ਇਹਦੇ ਵਿੱਚ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲੂਗਾ ਸ਼ੁਰੂ ਤੋਂ ਲੈ ਕੇ ਅ ਐਂਡ ਤੱਕ ਵੇਖਣ ਦਾ ਕਿਉਂਕਿ ਅੱਜ ਕੱਲ੍ਹ ਵੇਖਣ ਦੇ ਵਿੱਚ ਆਉਂਦਾ ਬੁੱਟਰ ਸਾਹਿਬ ਗਾਣਾ ਅ ਇੰਟਰਸਟਿਡ ਆ ਤੇ ਤਾਂ ਹੀ ਵੀਡੀਓ ਐਂਡ ਤੱਕ ਬੰਦਾ ਵੇਂਦਾ ਪਰ ਤੁਹਾਡੇ ਇੱਕ ਗਾਣਿਆਂ ਦੇ ਵਿੱਚ ਅਜੀਬ ਤੁਹਾਡੀਆਂ ਵੀਡੀਓਜ਼ ਦੇ ਵਿੱਚ ਚੀਜ਼ ਵੇਖੀ ਗਈ ਕਿ ਤੁਹਾਡੀਆਂ ਵੀਡੀਓਜ਼ ਦੇ ਕਰਕੇ ਲੋਕੀ ਗਾਣਾ ਸੁਣ ਲੈਂਦੇ ਸ਼ੁਰੂ ਗਾਣਾ ਹੁੰਦਾ ਵੀਡੀਓ ਸ਼ੁਰੂ ਹੁੰਦੀ ਹੈ ਤੇ ਇੰਨਾ ਕੁ ਇੰਟਰਸਟ ਬਣ ਜਾਂਦਾ ਵਾ ਉਸ ਚੀਜ਼ ਦਾ ਕਿ ਐਂਡ ਤੱਕ ਬੰਦੇ ਨੂੰ ਉਹ ਵੇਖਣਾ ਹੀ ਪੈਂਦਾ ਤੇ ਉਹ ਚੀਜ਼ ਦੇ ਲਈ ਤੁਸੀਂ ਬਿਲਕੁਲ ਵਧਾਈ ਦੇ ਪਾਤਰ ਹੋ ਜੀ ਬੜਾ ਵਧੀਆ ਦਰਸ਼ਕਾਂ ਨੇ ਤੁਹਾਨੂੰ ਕਬੂਲਿਆ ਹੈ ਜੀ ਦੇ ਲਈ ਬੁੱਟਾ ਸਾਹਿਬ ਅੱਜ ਕੱਲ ਜੇਕਰ ਵੇਖਿਆ ਜਾਵੇ ਜਦੋਂ ਤੋਂ ਤੁਸੀਂ ਐਂਟਰੀ ਮਾਰੀ ਹੈ ਇਸ ਇੰਡਸਟਰੀ ਦੇ ਵਿੱਚ ਜਾਂ ਇਸ ਕੰਮ ਦੇ ਵਿੱਚ ਇੱਕ ਯੰਗਸਟਰ ਦੀ ਇਕੱਠੀ ਐਂਟਰੀ ਵੱਜੀ ਹੈ ਜੇਕਰ ਮੈਂ ਗੱਲ ਕਰਾਂ ਕਿ ਵੀਡੀਓ ਡਾਇਰੈਕਟਰਸ ਦੇ ਵਿੱਚ ਤੁਹਾਡਾ ਨਾਮ ਲਿਆ ਜਾਵੇ ਤੇ ਜਿਹੜੇ ਸਿੰਗਰਸ ਨੇ ਉਹਨਾਂ ਦੇ ਵਿੱਚ ਇੱਕ ਕਹਿ ਲਓ ਐਮੀ ਵਰਕ ਹੋ ਗਿਆ ਜੱਸੀ ਗਿੱਲ ਹੋ ਗਿਆ ਫਿਰ ਆਪਣਾ ਪ੍ਰਭ ਗਿੱਲ ਹੋ ਗਿਆ ਬੱਬਰ ਰਾਏ ਹੋ ਗਿਆ ਇਹ ਇਹ ਜਿਹੜੀਆਂ ਇਹ ਜਿਹੜੇ ਨਾਂ ਨੇ ਯੰਗਸਟਰ ਦੇ ਇਹਨਾਂ ਨੇ ਇੱਕ ਨਵਾਂ ਮੁਕਾਮ ਦਿੱਤਾ ਵੀਡੀਓਜ਼ ਨੂੰ ਗਾਣਿਆਂ ਨੂੰ ਤੇ ਦਿੱਤਾ ਹੀ ਦਿੱਤਾ ਵੀਡੀਓਜ਼ ਨੂੰ ਵੀਡੀਓਜ਼ ਦੀ ਲੁੱਕ ਜਿਹੜੀ ਪਹਿਲਾਂ ਪਹਿਲੇ ਦੌਰ ਦੇ ਵਿੱਚ ਇੱਕ ਵੇਖੀ ਜਾਂਦੀ ਸੀ ਉਹਨੂੰ ਉਹ ਬਿਲਕੁਲ ਹੀ ਚੇਂਜ ਹੋ ਗਈ ਹੈ ਤੇ ਆਫ ਕੋਰਸ ਉਹਦੇ ਨਾਲ ਖਰਚਾ ਵੀ ਵਧਿਆ ਹੋਊਗਾ ਕੀ ਕਿੰਨਾ ਕੁ ਫਰਕ ਪਿਆ ਜੇ ਖਰਚੇ ਦਾ ਤੇ ਖਰਚੇ ਜੇਕਰ ਬੁਰਾ ਨਾ ਮਨਾ ਹੋ ਤੇ ਕਿੰਨਾ ਕੁ ਕਿੰਨਾ ਕੁ ਕੁੰਡਾ ਹੁੰਦਾ ਹੈ ਸਿੰਘਾਂ ਦਾ ਪੜੀ ਜਿੱਦਾਂ ਪਹਿਲਾ ਵੀਡੀਓ ਦੇਖਦੇ ਸੀ ਲੱਖ ਡੇਢ ਲੱਖ ਦੇ ਵਿੱਚ ਵੀਡੀਓ ਬਣ ਜਾਂਦੇ ਸੀ ਕੈਮਰਾ ਹੁੰਦਾ ਸੀਗਾ 3000 3500 ਦਾ ਕੈਮਰਾ ਰੈਂਟ ਹੋ ਜਾਂਦਾ ਸੀ ਅੱਜ ਕੱਲ ਉਹ ਹੀ ਕੈਮਰਾ ਜਿਹੜਾ ਪਹਿਲਾਂ ਮਾਰਕ 3 ਸੀਗਾ ਹੁਣ ਰੈਡ ਐਪਿਕ ਤੇ ਅਪਗ੍ਰੇਡ ਹੋ ਗਿਆ ਜਿਹਦਾ ਰੈਂਟ ਇਕਲਾ 1 ਪਰ ਡੇ 30000 ਆਣਾ ਵਾਹ ਜੀ ਵਾਹ ਤੇ ਜਿਹੜੀ ਵੀਡੀਓ ਲੱਖ ਡੇਢ ਲੱਖ ਚ ਸੀ ਉਹਨਾਂ ਦਾ ਮਤਲਬ ਬਜਟ ਮੈਂ ਕਹੂੰਗਾ 4-5 ਤੱਕ ਆਰਾਮ ਨਾਲ ਪਹੁੰਚ ਚੁੱਕੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ 4-5 ਗੁਣਾ ਮਹਿੰਗੀ ਹੋ ਚੁੱਕੀਆਂ ਨੇ ਵੀਡੀਓ ਕਿ ਇਹ ਸਮੇਂ ਦੀ ਡਿਮਾਂਡ ਸੀ ਜਾਂ ਕੀ ਮੈਂ ਤਾਂ ਕਹੂੰਗਾ ਇਹ ਚੀਜ਼ ਬਹੁਤ ਪਹਿਲਾਂ ਹੋ ਤੇ ਆਪਣਾ ਹੁਣ ਪੰਜਾਬੀ মিডিਆ ਹੁਣ ਕਿਸੇ ਹੱਦ ਤੱਕ ਕੰਪੀਟ ਕਰਦਾ ਇੰਟਰਨੈਸ਼ਨਲ ਸਟੈਂਡਰਡਸ ਨੂੰ ਪਰ ਫਿਰ ਵੀ ਆਪਾਂ ਹਜੇ ਵੀ ਪਿੱਛੇ ਆ ਅੱਜ ਬਿਚਪ ਵੇਖਿਆ ਜਾਵੇ ਤੇ ਬੁੱਟਰ ਸਾਹਿਬ ਜਿਹੜੀਆਂ ਫਿਲਮਾਂ ਨੇ ਪੰਜਾਬੀ ਉਹਨਾਂ ਨਾਲੋਂ ਕਿਸੇ ਵੇਲੇ ਵੀਡੀਓ ਸੋਹਣੀਆਂ ਲੱਗਦੀਆਂ ਫਿਲਮਾਂ ਦੀ ਓਨੀ ਕੁਆਲਿਟੀ ਨਹੀਂ ਆ ਰਹੀ ਪੰਜਾਬੀ ਫਿਲਮਾਂ ਦੀ ਆਮ ਮਤਲਬ ਸਾਰੀਆਂ ਦਾ ਤੇ ਚਲੋ ਆਪਾਂ ਨਹੀਂ ਜ਼ਿਕਰ ਕਰਾਂਗੇ ਇੱਥੇ ਪਰ ਮੋਸਟਲੀ ਜਿਹੜੀਆਂ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਉਹ ਕੁਆਲਿਟੀ ਵੇਖਣ ਨੂੰ ਨਹੀਂ ਮਿਲਦੀ ਜਿਹੜੀ ਅੱਜ ਕੱਲ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਜਾਂਦੀ ਹੈ ਸੋ ਇੰਨਾ ਇੰਨਾ ਜਿਆਦਾ ਜਿਹੜਾ ਉਹ ਖਰਚਾ ਵੱਧ ਗਿਆ ਵਾ ਤੇ ਉਹ ਚੀਜ਼ਾਂ ਨੂੰ ਮੇਨਟੇਨ ਕਰਨ ਦੇ ਲਈ ਕੀ ਤੁਹਾਨੂੰ ਲੱਗਦਾ ਜਿਹੜੇ ਆਉਣ ਵਾਲੇ ਸਿੰਗਰ ਨੇ ਕਿ ਉਹ ਇਸ ਚੀਜ਼ ਨੂੰ ਮੇਨਟੇਨ ਰੱਖ ਪਾਉਣਗੇ ਲੰਮੇ ਸਮੇਂ ਲਈ ਕਿਉਂਕਿ ਰਿਟਰਨ ਤੇ ਬਹੁਤ ਘੱਟ ਰਹੇਗੀ। ਨਹੀਂ ਇਹ ਰਿਟਰਨ ਘੱਟ ਹੀ ਨਹੀਂ ਮੈਨੂੰ ਲੱਗਦਾ ਵਧੀਆ ਹੈ। ਅੱਛਾ ਜੀ। ਹਾਂ ਜੀ ਹਾਂ ਜੀ। ਉਹਨਾਂ ਦੇ ਰੇਟ ਵੀ ਵਧੇ ਨੇ। ਸ਼ੋਅਜ਼ ਦੇ ਰੇਟ ਵੀ ਵਧੇ ਨੇ। ਠੀਕ ਹੈ ਜੀ। ਉਹ ਤੇ ਉਹਨਾਂ ਲਈ ਆ ਜਿਨ੍ਹਾਂ ਨੇ ਸ਼ੌਕ ਕਰਨੇ ਆ। ਬਾਕੀ ਕਈ ਸ਼ੌਂਕੀਆ ਵੀ ਨੇ। ਹਾਂ ਜੀ। ਨਹੀਂ ਫੇਰ ਵੀ ਡਿਜੀਟਲ ਇਨਕਮ ਹੈਗੀ ਆ ਭਾਜੀ। ਜੀ ਜੀ ਹੋਰ ਕਾਫੀ ਸੋਰਸਸ ਨੇ ਜੀ ਤੇ ਨਾਲ ਦੀ ਨਾਲ ਇੱਕ ਹੋਰ ਰੁਝਾਨ ਜਿਹੜਾ ਬਟੋਸਾਬ ਅੱਜ ਕੱਲ ਵੀਡੀਓਜ਼ ਦਾ ਵਧਿਆ ਵਾ ਜਿਹਦੇ ਕਰਕੇ ਕਾਫੀ ਵਾਈਡ ਏਰੀਆ ਹੋ ਗਿਆ ਮੈਂ ਕਹੂੰਗਾ ਸੋਸ਼ਲ ਮੀਡੀਆ ਉਸ ਤੋਂ ਪਹਿਲਾਂ ਜਿਹੜੇ ਦੌਰ ਦੀ ਪੁਰਾਣੇ ਦੌਰ ਦੀ ਆਪਾਂ ਗੱਲ ਕੀਤੀ ਹੈ ਉਦੋਂ ਸਿਰਫ ਟੀਵੀ ਚੈਨਲਸ ਹੁੰਦੇ ਸੀ ਜਿਨ੍ਹਾਂ ਦੇ ਰਾਹੀਂ ਵੀਡੀਓ ਲੋਕਾਂ ਤੱਕ ਪਹੁੰਚਦੀਆਂ ਸੀ ਪਰ ਹੁਣ ਉਹ ਸਮਾਂ ਜਿਹੜਾ ਵਾ ਉਹ ਥੋੜਾ ਜਿਹਾ ਚੇਂਜ ਹੋ ਗਿਆ ਅੱਜ ਕੱਲ ਟੀਵੀ ਦੀ ਇੰਪੋਰਟੈਂਸ ਜਿਹੜੀ ਘਟ ਗਈ ਹੈ ਤੇ ਸੋਸ਼ਲ ਮੀਡੀਆ ਮੀਡੀਆ ਦੀ ਵੱਧ ਗਈ ਹੈ ਕੀ ਲੱਗਦਾ ਤੁਹਾਨੂੰ ਮੈਂ ਕਹੂੰਗਾ ਇਹ ਚੰਗਾ ਹੀ ਹੋਇਆ ਜੀ ਟੀਵੀ ਦੇਖਣ ਦਾ ਟਾਈਮ ਨਹੀਂ ਤਾਂ ਬੰਦਾ YouTube ਤੇ ਦੇਖਦਾ ਸਿੱਧਾ ਬਫਰ ਕਰਕੇ ਵੀਡੀਓ ਦੇਖਦਾ ਜੀ ਤੇ ਮੋਰਓਪਰ ਆਪਾਂ ਨੂੰ ਸਿੱਧੇ ਨਾਲ ਦੀ ਨਾਲ ਰਿਵਿਊਜ਼ ਮਿਲਦੇ ਨੇ ਕੀ ਲੋਕਾਂ ਨੂੰ ਵੀਡੀਓ ਪਸੰਦ ਆ ਰਹੀਆਂ ਜਾਂ ਨਹੀਂ ਟੀਵੀ ਤੋਂ ਨਹੀਂ ਪਤਾ ਲੱਗਦਾ ਟੀਵੀ ਤੋਂ ਪਤਾ ਨਹੀਂ ਲੱਗਦਾ ਕੀ ਰਿਵਿਊਜ਼ ਨੇ ਹੁਣ ਜੇ ਲੋਕਾਂ ਨੂੰ ਪਸੰਦ ਆਉਂਦੀਆਂ ਤਾਂ ਕਮੈਂਟ ਕਰਦੇ ਨੇ ਨਹੀਂ ਪਸੰਦ ਤਾਂ ਵੀ ਦੱਸਦੇ ਨੇ ਵੀ ਸਾਨੂੰ ਇਹ ਨਹੀਂ ਚੰਗਾ ਲੱਗਿਆ ਜੀ ਤੇ ਇਹ ਚੀਜ਼ ਨੇ ਸਿੰਗਰਸ ਤੇ ਸਾਨੂੰ ਵੀ ਬਹੁਤ ਹੈਲਪ ਕੀਤੀ ਕਿਉਂਕਿ ਸਾਨੂੰ ਪਤਾ ਸਾਨੂੰ ਕਿਹੜੇ ਸੈਗਮੈਂਟ ਦੇ ਚ ਇੰਪਰੂਵ ਕਰਨਾ ਹੈ ਜੀ ਤੇ ਉਹ ਚੀਜ਼ ਸਾਰੀ ਸੋਸ਼ਲ ਮੀਡੀਆ ਕਰਕੇ ਆ ਬਈ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਇੱਕ ਹਰਮ ਨੋ ਲੋਕਾਂ ਨੂੰ ਮਿਲਿਆ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਵੀ ਇੱਕ ਵੱਡਾ ਯੋਗਦਾਨ ਹੈ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਕਾਫੀ ਤੁਸੀਂ ਇੱਕ ਜੇ ਆਪਾਂ ਕਹੀਏ ਨਵਾਂ ਟਰੈਂਡ ਵੀਡੀਓਜ਼ ਦੇ ਵਿੱਚ ਹੀ ਨਹੀਂ ਆਇਆ ਇੱਕ ਜਿਹੜੇ ਵੀਡੀਓ ਮੇਕਰ ਸੀਗੇ ਜਾਂ ਵੀਡੀਓ ਡਾਇਰੈਕਟਰ ਸੀਗੇ ਜੇ ਮੈਂ ਤੁਹਾਡੀ ਗੱਲ ਕਰਾਂ ਤੇ ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇਹਨੇ ਐਕਟਿਵ ਨਹੀਂ ਸੀ ਜੀ ਨਹੀਂ ਨਹੀਂ ਜੇ ਮੈਂ ਗਲਤ ਨਹੀਂ ਹਾਂ ਤੇ ਸਿੰਗਰਸ ਦਾ ਪਤਾ ਲੱਗ ਜਾਂਦਾ ਸੀ ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਤੇ ਬਾਕੀ ਜਿਹੜੇ ਬਿਹਾਈਂਡ ਦਾ ਕੈਮਰਾ ਹੁੰਦੇ ਸੀ ਉਹਨਾਂ ਕਿਸੇ ਦਾ ਨਹੀਂ ਪਤਾ ਲੱਗਦਾ ਪਰ ਹੁਣ ਦੌਰ ਬਦਲ ਚੁੱਕਾ ਹੁਣ ਜਦੋਂ ਲੋਕੀ ਵੇਂਦੇ ਆ ਵੀਡੀਓ ਗਾਣਾ ਸੁਣਦੇ ਆ ਸਿੰਗਰ ਦੇ ਬਾਰੇ ਪਤਾ ਲੱਗਦਾ ਤੇ ਅਗਲਾ ਉਹਨਾਂ ਦਾ ਸਵਾਲ ਹੁੰਦਾ ਵੀਡੀਓ ਕਿੰਨੇ ਬਣਾਈ ਹਾਂਜੀ ਵੀਡੀਓ ਕਿੰਨੇ ਕੀਤੀ ਕੈਮਰਾ ਕਿੰਨੇ ਕੀਤਾ ਇਹ ਸਾਰੀ ਜਿਹੜੀ ਦੇਣਾ ਹੈ ਸੋਸ਼ਲ ਮੀਡੀਆ ਦੀ ਜੀ ਤੇ ਇਹ ਹੋਣਾ ਵੀ ਬਹੁਤ ਜ਼ਰੂਰੀ ਜ਼ਰੂਰੀ ਸੀ ਜੀ ਕਿਉਂਕਿ ਸਿੰਗਰ ਅ ਚਲੋ ਬਹੁਤ ਸੋਹਣੀ ਗੱਲ ਆ ਸਿੰਗਰ ਨੂੰ ਆਪਣੀ ਮਾਇਲਜ ਮਿਲਣੀ ਚਾਹੀਦੀ ਆ ਸਿੰਗਰ ਦੀ ਵੀ ਬਹੁਤ ਸਾਰੀ ਮਿਹਨਤ ਇਨਵੋਲ ਹੁੰਦੀ ਆ ਪਰ ਸਿੰਗਰ ਦੇ ਪਿੱਛੇ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੇ ਆਪਣੇ ਲਿਰਿਕਸ ਨੇ ਜੀ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਜੀ ਜਿਹੜੇ ਵੀਡੀਓ ਡਾਇਰੈਕਟਰ ਨੇ ਕੈਮਰਾਮੈਨ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ ਉਹ ਸਾਰੇ ਦਾ ਸਾਰਾ ਜਿਹੜਾ ਸੇਰਾ ਹੀ ਉਹ ਸਿੰਗਰ ਦੇ ਸਿਰ ਜਾਂਦਾ ਏ ਜੇ ਫਲॉप ਹੁੰਦੀ ਹੀ ਤਾਂ ਵੀ ਤੇ ਜੇ ਹਿੱਟ ਹੁੰਦੀ ਹੀ ਤਾਂ ਵੀ ਤੇ ਇੱਕ ਬੜੀ ਵਧੀਆ ਹਾਂਜੀ ਇੱਕ ਉਹ ਸਾਰੂ ਚੀ ਕੰਮ ਹੋਇਆ ਜੀ ਸਾਰੇ ਬੰਦਿਆਂ ਜਿਨ੍ਹਾਂ ਨੇ ਵੀ ਮਿਹਨਤ ਕੀਤੀ ਆ ਉਹ ਸਾਰੇ ਅੱਗੇ ਆ ਰਹੇ ਨੇ ਤੇ ਇਸ ਟਾਈਮ ਤੁਸੀਂ ਬੁੱਟਰ ਸਾਹਿਬ ਇੱਥੇ ਆਸਟ੍ਰੇਲੀਆ ਦੇ ਵਿੱਚ ਸਾਡੇ ਕੋਲ ਮੌਜੂਦ ਜੀ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਕੰਟਰੀਜ਼ ਵਿੱਚ ਜਾ ਕੇ ਕੰਮ ਕਰ ਰਹੇ ਸੀ ਤਾਂ ਜੀ ਉਸ ਤੋਂ ਪਹਿਲਾਂ ਅਸੀਂ ਦੁਬਈ ਸ਼ੂਟ ਕਰ ਚੁੱਕੇ ਹਾਂ ਜੀ ਜੀ ਤੇ ਲੰਡਨ ਸ਼ੂਟ ਕਰ ਚੁੱਕੇ ਆ ਜੀ ਤੇ ਹੁਣ ਸਾਡਾ ਟਾਰਗੇਟ ਹੈ ਯੂਰਪ ਯੂਨੀਅਨ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਕੀ ਇਹ ਇਹ ਆਪਣਾ ਸੁਪਨੇ ਸਨ ਕਿ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਕਰਨਾ ਜਾਂ ਲੋਕਾਂ ਦਾ ਪਿਆਰ ਹੈ ਖਿੱਚ ਕੇ ਲਈ ਜਾਂਦੇ ਮੈਂ ਕਹੂੰਗਾ ਪਿਆਰ ਹੈ ਜੀ ਤੁਸੀਂ ਇੱਥੇ ਸਾਰ ਹੈਗੇ ਤਾਂ ਤੁਹਾਡੇ ਕਰਕੇ ਅਸੀਂ ਇੱਥੇ ਆਏ ਬਹੁਤ ਵਧੀਆ ਜੀ ਇੱਕ ਆਸਟ੍ਰੇਲੀਆ ਦੀ ਇੰਡਸਟਰੀ ਦੀ ਜੇਕਰ ਆਪਾਂ ਗੱਲ ਕਰੀਏ ਸਪੈਸ਼ਲੀ ਸਿੰਗਿੰਗ ਇੰਡਸਟਰੀ ਤੇ ਹੁਣ ਇੰਡੀਆ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਸਭ ਤੋਂ ਜ਼ਿਆਦਾ ਫਾਸਟੈਸਟ ਗਰੋਇੰਗ ਜਿਹੜੀ ਆ ਆਸਟ੍ਰੇਲੀਆ ਦੀ ਇੰਡਸਟਰੀ ਇਹ ਵਾਕੀ ਹੈਗੀ ਆ ਪਾਜੀ ਜਿੰਨਾ ਯੂਥ ਜਿਵੇਂ ਜਿਵੇਂ ਇੱਥੇ ਸੈੱਟ ਹੋਈ ਜਾ ਰਹੇ ਨੇ ਉਹਵੇਂਵੇਂ ਸਿੰਗਰ ਪ੍ਰੋਡਿਊਸ ਹੋਈ ਜਾ ਰਹੇ ਨੇ ਪਾਜੀ ਬਹੁਤ ਮਤਲਬ ਮੈਂ ਕਹੂੰਗਾ ਆਸਟ੍ਰੇਲੀਆ ਪੰਜਾਬੀ মিডিਆ ਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਆ ਕੋਈ ਟਾਈਮ ਹੁੰਦਾ ਸੀ ਯੂਕੇ ਹੁੰਦਾ ਸੀ ਪਾਜੀ ਪਰ ਯੂਕੇ ਨੂੰ ਬਹੁਤ ਪਿੱਛੇ ਛੱਡਦਾ ਸਟੇਜ ਤੇ ਹੁਣ ਕਿਤੇ ਲੱਗਦਾ ਤੇ ਨਹੀਂ ਵੀ ਉਹ ਜਿਹੜਾ ਮੈਂ ਕੋਰਸ ਵਿੱਚੇ ਛੱਡ ਕੇ ਚੱਲ ਗਿਆ ਵਾਪਸ ਮੈਨੂੰ ਇੱਥੇ ਰਹਿਣਾ ਚਾਹੀਦਾ ਹੈ ਫੇਰ ਤਾਂ ਮੈਨੂੰ ਸ਼ਿਫਟ ਹੁੰਦਾ ਪਾਜੀ ਮੈਨੀਆਂ ਜਿਹੜੇ ਬੰਦੇ ਦੇ ਵਿੱਚ ਕੀੜੇ ਆ ਨਾ ਉਹ ਨਹੀਂ ਜਾਂਦੇ ਇੱਥੇ ਆਪ ਤੇ ਚਲੋ ਬੜੇ ਸਾਰੇ ਇੱਥੇ ਸ਼ੈਫ ਵੀ ਨੇ ਜਿਹੜੇ ਨਾਲ ਦੀ ਨਾਲ ਆਪਣੇ ਸ਼ੌਂਕ ਬਗਾਉਂਦੇ ਨੇ ਨਾਲ ਦੀ ਨਾਲ ਜਿਨ੍ਹਾਂ ਨੇ ਆਪਣਾ ਜਿਹੜਾ ਇਹ ਵੀ ਕੀੜੇ ਬਰਕਰਾਰ ਰੱਖੇ ਨੇ ਤੇ ਕਦੀ ਮਨ ਚ ਆਇਆ ਹੋਵੇ ਕਿ ਹੁਣ ਆ ਕੇ ਮੈਂ ਇੱਥੇ ਸੈਟਲ ਹੋ ਲਾਂ ਕਿਉਂਕਿ ਹੁਣ ਤੇ ਤੁਹਾਡਾ ਨਾਂ ਜਿਹੜਾ ਵਾ ਉਹ ਮਹਾਰਾਜ ਸਾਰੀ ਪੰਜਾਬੀ ਇੰਡਸਟਰੀ ਜਾਣਦੀ ਹੈ ਨਹੀਂ ਭਾਈ ਕੇ ਖੈਰ ਮਨ ਚ ਤਾਂ ਨਹੀਂ ਆਇਆ ਹੁਣ ਆਉਣ ਲੱਗ ਗਿਆ ਤੁਸੀਂ ਕਹਿ ਰਹੇ ਹੁਣ ਆਉਣ ਲੱਗ ਗਿਆ ਨਹੀਂ ਅਜੀ ਹੌਲੀ ਹੌਲੀ ਤੁਹਾਨੂੰ ਲੈ ਆਉਣਾ ਆਪਾਂ ਕਿਉਂਕਿ ਜਿੱਥੇ ਪੰਜਾਬੀ ਆ ਉੱਥੇ ਸਾਨੂੰ ਇਹ ਸਾਰੀਆਂ ਚੀਜ਼ਾਂ ਵੀ ਚਾਹੀਦੀਆਂ ਨੇ ਸੋ ਹੁਣ ਕੀ ਅੱਜ ਕੱਲ ਕੀ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਲੈ ਕੇ ਆਏ ਭਾਈ ਇੱਥੇ ਨਿਊ ਸਿੰਗਰ ਦੇ ਕਾਫੀ ਪ੍ਰੋਜੈਕਟ ਨੇ ਤੇ ਬਾਕੀ ਹੋਰ ਐਮੀ ਵਿਰਕਾਰ ਰੇ ਨੇ ਇੰਡੀਆ ਤੋਂ ਸਪੈਸ਼ਲ ਸ਼ੂਟ ਕਰਨ ਆ ਰਹੇ ਨੇ ਉਹਨਾਂ ਦਾ ਉਹਨਾਂ ਦੇ ਕਰਨ ਮਿਊਜ਼ਿਕ ਵੀਡੀਓ ਆਸਟ੍ਰੇਲੀਆ ਜੀ ਗੁੱਡ ਆ ਜੀ ਤੇ ਕੋਈ ਖਾਸ ਰੀਜ਼ਨ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਕਰਨ ਦਾ ਭਾਈ ਇ ਤੇ ਜੋ ਆਸਟ੍ਰੇਲੀਅਨ এনवायरमेंट ਆ ਪਾ ਜੀ ਜੀ ਉਹ ਮੈਂ ਕਹੂੰਗਾ ਤੁਹਾਡੀਆਂ ਵੀਡੀਓ ਤੇ ਜੇਕਰ ਆਪਾਂ ਬੁੱਟਰ ਸਾਹਿਬ ਵੇਖੀਏ ਤੇ ਉਹ ਇੰਡੀਆ ਦੇ ਵਿੱਚ ਵੀ ਜਿਹੜੀਆਂ ਤੁਸੀਂ ਸ਼ੂਟ ਕੀਤੀਆਂ ਬੜਾ ਲੋਕੀ ਭਲੇਖਾ ਖਾ ਜਾਂਦੇ ਹੈਗੇ ਕਿ ਕਿੱਥੇ ਕੀਤੀਆਂ ਸ਼ਾਇਦ ਬਾਹਰ ਕੀਤੀਆਂ ਹੋਣ ਇਹ ਵੀ ਉਹ ਵੀ ਤੁਹਾਡੀ ਇੱਕ ਸਪੈਸ਼ਲਿਟੀ ਮੰਨੀ ਜਾਂਦੀ ਹੈ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਐਮ ਤੇ ਗੱਲਬਾਤ ਸਾਡੀ ਚੱਲ ਰਹੀ ਹੈ ਨਵਜੀਤ ਬੁੱਟਰ ਜੀ ਦੇ ਨਾਲ ਨਵਜੀਤ ਬੁੱਟਰ ਜੀ ਜਿਹੜੇ ਕਿ ਵੀਡੀਓ ਡਾਇਰੈਕਟਰ ਨੇ ਤੇ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਆਸਟ੍ਰੇਲੀਆ ਦੇ ਵਿੱਚ ਇਹ ਵੀਡੀਓ ਬਣਾਉਣਾ ਆਏ ਨੇ ਜੀ ਜਿਹੜੇ ਸਾਡੇ ਵੀਰ ਇੱਥੇ ਸਿੰਗਰ ਨੇ ਉਹਨਾਂ ਦੀ ਮਦਦ ਕਰਨ ਆਏ ਨੇ ਇਥੋਂ ਟਿਕਟਾਂ ਖਰਚ ਕੇ ਚੋਖਾ ਪੈਸਾ ਖਰਚ ਕੇ ਇੰਡੀਆ ਜਾਣਾ ਪੈਂਦਾ ਤੇ ਇੰਡੀਆ ਜਾ ਕੇ ਉੱਥੇ ਵੀਡੀਓ ਤੇ ਖਰਚਾ ਜਿਹੜਾ ਹੋਣਾ ਉਹ ਹੋਣਾ ਹੀ ਆ ਤੇ ਉੱਥੇ ਵੱਖਰਾ ਟਿਕਟ ਦਾ ਖਰਚਾ ਪੈਂਦਾ ਵਾ ਉੱਤੇ ਪਰਿਵਾਰ ਦੇ ਲਈ ਗਿਫਟ ਲੈ ਕੇ ਜਾਣੇ ਆ ਯਾਰਾਂ ਦੋਸਤਾਂ ਲਈ ਉਹ ਵੱਖਰਾ ਖਰਚਾ ਪੈਂਦਾ ਸੋ ਇੱਕ ਕਾਰ ਸੇਵਾ ਕਰਨ ਇੱਥੇ ਆਏ ਆ ਜੀ ਬਹੁਤ 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 ਸ਼ੁਕਰੀਆ ਜੀ ਹਾਂਜੀ ਨਵਜੀਤ ਜੀ ਤੁਸੀਂ ਦੱਸ ਰਹੇ ਸੀ ਕਿ ਐਮੀ ਵਿਰਕ ਜੀ ਆ ਰਹੇ ਨੇ ਉੱਥੋਂ ਇੰਡੀਆ ਤੋਂ ਵੀਡੀਓ ਬਣਾਉਣ ਉਹ ਤੇ ਚਲੋ ਇੰਡੀਆ ਤੋਂ ਇੱਥੇ ਆ ਕੇ ਤੇ ਆਪਣਾ ਵੀਡੀਓ ਦਾ ਕਰ ਰਹੇ ਕੰਮ ਬਾਕੀ ਜੇ ਇੱਥੋਂ ਦਾ ਵੇਖਿਆ ਜਾਵੇ ਤੇ ਇੱਥੇ ਸਿਰਫ ਮੈਲਬੌਰਨ ਦੇ ਵਿੱਚ ਹੀ ਕੰਮ ਕਰ ਰਹੇ ਹੋ ਜਾਂ ਹੋਰ ਵੀ ਸ਼ਹਿਰਾਂ ਦੇ ਵਿੱਚ ਜਾ ਰਹੇ ਨਹੀਂ ਭਾਈ ਸਿਡਨੀ ਵੀ ਕਰਨਾ ਜੀ ਤੇ ਪਲਾਨ ਹੈਗਾ ਬ੍ਰਿਸਬੇਨ ਦਾ ਵੀ ਬਾਕੀ ਟਾਈਮ ਥੋੜ ਗੋਡੇ ਦੇਖੋ ਕਿੰਨਾ ਖਿੱਚਦੇ ਤੇ ਕਿੰਨਾ ਕਿ ਚਿਰ ਜੇ ਹਲੇ ਇੱਥੇ ਜੇਕਰ ਸਾਡੇ ਕੋਈ ਵੀਰ ਭਰਾ ਕੋਈ ਹਿੰਮਤ ਮਾਰਨਾ ਚਾਹੁੰਦੇ ਹੋਣ ਤੇ ਭਾਜੀ ਫਿਲਹਾਲ ਤਾਂ ਮੈਂ 5 ਨੈਕਸਟ ਮੰਥ 5 ਤੱਕ ਆ ਜੀ ਪਰ ਉਸ ਤੋਂ ਬਾਅਦ ਮੰਥ ਬਾਅਦ ਮੇਰਾ ਫੇਰ ਘੇੜਾ ਜੀ ਵਾਹ ਜੀ ਹਾਂਜੀ ਸੋ ਮੈਨੂੰ ਲੱਗਦਾ ਬੁਕਿੰਗਾਂ ਭਾਰੀ ਹੋ ਗਈਆਂ ਹੁਣ ਆਉਣਾ ਜਾਣਾ ਆਉਣਾ ਜਾਣਾ ਲੱਗਾ ਰਹੂਗਾ ਹੁਣ ਜੀ ਬੜੀ ਬਹੁਤ ਵਧੀਆ ਜੀ ਇਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਕੋਈ ਨਾ ਕੋਈ ਵੀਰ ਭਰਾ ਆਉਂਦਾ ਰਹੇ ਤੇ ਸੁਖ શાંત ਪਤਾ ਲੱਗਦੀ ਰਹਿੰਦੀ ਜਾਂ ਨਾਲੇ ਥੋੜਾ ਜਿਹਾ ਮੌਲ ਚਾਲ ਉਦਾਂ ਦਾ ਹੋ ਜਾਂਦਾ ਥੋੜਾ ਆਪਾਂ ਚੱਲ ਗਏ ਜਾਂ ਕੋਈ ਆ ਗਿਆ ਗੱਲ ਤੇ ਇੱਕ ਹੀ ਆ ਸੋ ਕਿਦਾਂ ਲੱਗਾ ਜੀ ਆਸਟ੍ਰੇਲੀਆ ਆਸਟ੍ਰੇਲੀਆ ਭਾਈ ਬਹੁਤ ਸੋਹਣਾ ਲੱਗਿਆ ਇੱਥੇ ਦਾ ਵੈਦਰ ਖਾਸ ਕਰਕੇ ਜੀ ਤੇ ਜਿਹੜੀ ਇੱਥੇ ਵੈਦਰ ਦੀਆਂ ਤੇ ਲੋਕੀ ਇੱਥੇ ਗਾਲਾਂ ਕੱਢਦੇ ਆ ਵੈਦਰ ਦਾ ਪਤਾ ਨਹੀਂ ਲੱਗਦਾ ਮੈਨੂੰ ਮੈ ਸ਼ਾਇਦ ਮੈਂ ਕਹਾਤਾ ਦਾ ਫਿਲਮਿੰਗ ਦੇ ਨਜ਼ਰੀਏ ਨਾਲੋਂ ਮੈਂ ਦੇਖ ਰਿਹਾ ਨਾ ਜਿੱਦਾਂ ਸਾਨੂੰ ਸਨ ਦੀ ਲੋਡ ਹੁੰਦੀ ਆ ਲਾਈਟ ਦੀ ਲੋਡ ਹੁੰਦੀ ਆ ਤੇ ਉਹ ਉੱਥੇ ਬਹੁਤ ਬਹੁਤ ਹੈ ਜੀ ਨਹੀਂ ਇਹ ਇਹ ਸਨ ਹੁਣ ਤੁਹਾਨੂੰ ਮਿਲਣ ਲੱਗ ਪਿਆ ਨਾ ਤੇ ਜੇ ਕਿਤੇ ਥੋੜੀ ਜਿਹਾ ਪਹਿਲਾਂ ਆਉਂਦੇ ਤਾਂ ਫਿਰ ਡਾਕਟਰ ਹੀ ਮਿਲਣੀ ਸਹੀ ਗੱਲ ਹੈ ਠੰਡ ਬਹੁਤ ਸੀ ਗੱਲ ਠੰਡ ਠੰਡ ਬਹੁਤ ਸੀ ਹੁਣ ਮੌਸਮ ਥੋੜਾ ਚੇਂਜ ਹੋ ਚੁੱਕਾ ਆ ਤੇ ਥੋੜਾ ਵਧੀਆ ਮਾਹੌਲ ਚੱਲ ਹੋ ਗਿਆ ਬੋਟਰ ਸਾਹਿਬ ਤੁਸੀਂ ਬਾਕੀ ਕੰਟਰੀਜ਼ ਦੇ ਵਿੱਚ ਵੀ ਉਹ ਕਿਹਾ ਜੀ ਜੀ ਬਾਕੀ ਜਗ੍ਹਾ ਤੇ ਤੁਸੀਂ ਦੱਸਿਆ ਦੁਬਈ ਸੂਟ ਕਰਕੇ ਆਏ ਜੀ ਹੋਰ ਵੀ ਜਗ੍ਹਾ ਤੇ ਤੁਸੀਂ ਗਏ ਜੀ ਉਹਨ ਗਵਰਨਮੈਂਟ ਦੇ ਹਿਸਾਬ ਨਾਲ ਤੁਹਾਨੂੰ ਕਿਦਾਂ ਦਾ ਲੱਗਾ ਕਾਫੀ ਚੰਗਾ ਭਾਈ ਇੱਥੇ ਵੈਸੇ ਵੀ ਇੱਕ ਇੱਥੇ ਪੋਜ਼ਿਟਿਵ એનર્ਜੀ ਬਹੁਤ ਆ ਨਾ ਜਿੱਦਾਂ ਜਦੋਂ ਮੈਂ ਕਹੂੰਗਾ ਸਾਰੇ ਯੰਗ ਨੇ ਇੱਥੇ ਜਿੰਨੇ ਮਿਲਦੇ ਨੇ ਜਿੰਨੇ ਸinger ਨੇ ਜੋ ਵੀ ਜਿੰਨੇ ਆਪਣੇ ਪੰਜਾਬੀ ਭਰਾਣੇ ਨੇ ਬਹੁਤ ਇੱਥੇ ਮਤਲਬ ਕਿਹਾਗਾ ਆਸਟ੍ਰੇਲੀਆ ਬਹੁਤ ਯੰਗ ਆ ਨਾ ਤੁਸੀਂ ਯੂਕੇ ਜਾਓਗੇ ਤੁਹਾਨੂੰ ਬਹੁਤ 올ਡ ਫੀਲ ਹੋਗਾ ਡਿਪਰੈਸਿੰਗ ਫੀਲ ਹੋਗਾ ਪਰ ਇੱਥੇ ਹੋਣੀ ਇੱਥੇ ਬਹੁਤ ਅਲਾਈਵ ਆ ਸਾਰਾ ਕੁਝ ਮਾ ਜੀ ਇਹ ਇਹ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ ਮੈਂ ਕਹਾਂਗਾ ਇੱਥੇ ਥੋੜਾ ਜਿਹਾ ਹੋਰ ਜ਼ੋਰ ਪਾਓ ਕਿਉਂਕਿ ਜਿੰਨਾ ਕਦੀ ਆਪਾਂ ਜਦੋਂ ਇੱਕੋ ਕੰਟਰੀ ਚ ਰਹਿੰਦੇ ਆ ਇੱਕੋ ਘਰ ਚ ਰਹਿੰਦੇ ਆ ਤੇ ਸਾਨੂੰ ਪਤਾ ਨਹੀਂ ਹੁੰਦਾ ਆਂਡ ਗਵਾਂਡ ਕੀ ਚੱਲ ਰਿਹਾ ਤੇ ਜਿਹੜਾ ਬੰਦੇ ਨੇ ਬਾਹਰ ਅੰਦਰ ਦੁਨੀਆ ਵੇਖੀ ਹੈ ਜਿਹਨੇ ਘੁੰਮ ਫਿਰ ਕੇ ਵੇਖਿਆ ਉਹ ਤੁਹਾਡੇ ਵਰਗੇ ਵੀਰ ਦੱਸ ਸਕਦੇ ਕੰਪੈਰੀਜ਼ਨ ਕਰਕੇ ਕਿ ਉੱਥੋਂ ਨਾਲੋਂ ਅਸੀਂ ਮੱਚ ਬੈਠ ਰਹੇ ਆ ਨਹੀਂ ਤੇ ਇੱਥੇ ਵੀ ਕਈ ਥੋੜੇ ਚਿਰ ਬਾਅਦ ਫੀਲ ਕਰਦੇ ਆ ਨਹੀਂ ਯਾਰ ਦਿਲ ਨਹੀਂ ਲੱਗ ਰਿਹਾ ਸਟ्रेस ਬਹੁਤ ਆ ਡਿਪਰੈਸ ਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਵਰਗੇ ਵੀਰ ਦੱਸ ਸਕਦੇ ਜਿਨ੍ਹਾਂ ਨੇ ਦੁਨੀ ਵੇਖੀ ਹੈ ਤੇ ਇਹ ਇਹਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਵੀਰਾਂ ਭਰਾਵਾਂ ਨੂੰ ਇਹ ਚੀਜ਼ ਦੱਸਣੀ ਕਿ ਜਿੱਥੇ ਵੀ ਆਪਾਂ ਬਹੁਤ ਵਧੀਆ ਐਵੇਂ ਨਹੀਂ ਮੈਲਬੌਰਨ ਪਹਿਲੇ ਨੰਬਰ ਤੇ ਨਿਕਲਦਾ ਨਹੀਂ ਵਨ ਆਫ ਬੈਸਟ ਸੀਟੀ ਹੈ ਭਾਜੀ ਰੈਨ ਨੂੰ ਪਿਛਲੇ 5 ਸਾਲਾਂ ਤੋਂ ਅਵਾਰਡ ਮਿਲਦਾ ਆ ਰਿਹਾ ਹੈ ਨਾ ਤੇ ਮੋਰ ਉੱਥੇ ਜਿਹੜਾ ਲਿਵਿੰਗ ਸਟੈਂਡਰਡ ਹੈ ਮੈਂ ਦੇਖਿਆ ਬਹੁਤ ਆਪਣੇ ਪੰਜਾਬੀਆਂ ਦਾ ਵੀ ਬਹੁਤ ਜ਼ਿਆਦਾ ਵਧੀਆ ਈਵਨ ਇੰਡੀਆ ਕੀ ਯੂਕੇ ਦੇ ਕੰਪੈਰੀਸ਼ਨ ਵੀ ਉੱਥੇ ਲਾਈਫ ਸਟਾਈਲ ਗੁੱਡ ਜੀ ਬਹੁਤ ਵਧੀਆ ਜੀ ਭਾਜੀ ਬੜੀ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਡੇ ਸ਼ਹਿਰ ਦੀ ਆ ਕੇ ਤਾਰੀਫ ਕਰਦੇ ਜੀ ਸੋਹਣਾ ਲੱਗਦਾ ਤੇ ਬੁੱਟਰ ਸਾਹਿਬ ਲੱਗਾ ਤੇ ਨਹੀਂ ਹੋਣਾ ਕਿ ਮੈਂ ਬਾਹਰ ਆਇਆ ਕਿਉਂਕਿ ਤੁਹਾਡਾ ਤੁਹਾਨੂੰ ਇੱਥੇ ਪਿਆਰ ਤੁਹਾਡੇ ਚਾਹਣ ਵਾਲੇ ਇੱਥੇ ਵੀ ਬੜੇ ਨੇ ਨਾਬੇ ਤੋਂ ਤੇ ਬਹੁਤ ਸਾਰੇ ਸਾਡੇ ਵੀਰ ਨੇ ਤੁਹਾਡੇ ਇਲਾਕੇ ਤੋਂ ਤੇ ਕੋਈ ਲੱਗਾ ਕਿ ਵੀ ਆਸਟ੍ਰੇਲੀਆ ਆਇਆ ਜਾਂ ਉਹ ਚੰਡੀਗੜ੍ਹ ਚ ਘੁੰਮ ਫਿਰਨ ਆਲਾ ਮੌਕਾ ਨਹੀਂ ਨਹੀਂ ਫਰਕਦਾ ਖੈਰ ਕਾਫੀ ਹੈ ਪਰ ਜਦੋਂ ਆਪਾਂ ਕਿਸੇ ਆਪਾਂ ਕਹਿ ਬੁਲਾਉਣੇ ਆ ਜਾਂ ਹੋਰ ਬੁਲਾਉਣੇ ਆ ਨਾ ਤੇ ਉਹ ਜਿਹੜਾ ਪੰਜਾਬੀ ਨਿਕਲਦਾ ਮਿਲ ਕੇ ਬਹੁਤ ਖੁਸ਼ੀ ਹੁੰਦੀ ਆ ਆਪਾਂ ਗੱਲਾਂ ਬਾਤਾਂ ਸ਼ੇਅਰ ਕਰਦੇ ਵੀ ਤੁਸੀਂ ਕਿਤੋਂ ਆਪਾਂ ਕਿਤੋਂ ਮਲੇ ਇਹ ਚੀਜ਼ ਇੱਥੇ ਬਹੁਤ ਬਹੁਤ ਫਰੈਂਡਲੀ ਨੇ ਜ ਜਿਹਦਾ ਸਟ੍ਰੈਸ ਵਿੱਚ ਕੰਬੀ ਕਰਦੇ ਨੇ ਪਰ ਫਿਰ ਵੀ ਉਹ ਕਿਸੇ ਪੰਜਾਬੀ ਨੂੰ ਮਿਲਦੇ ਨੇ ਤਾਂ ਬਹੁਤ ਦਿਲ ਖੋਲ ਕੇ ਗੱਲਾਂ ਕਰਦੇ ਆ ਖੁਸ਼ ਹੋ ਕੇ ਮਿਲਦੇ ਆ ਉਹਦੇ ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੋ ਸਕਦਾ ਪੁੱਟ ਸਾਹਿਬ ਇੱਕ ਜਿਹੜੀ ਏਜ ਗਰੁੱਪ ਹੈ ਜਿੱਦਾਂ ਤੁਸੀਂ ਦੱਸਿਆ ਤੁਸੀਂ ਪਿਛਲੇ ਦਿਨੀ ਇੱਥੋਂ ਹੋ ਕੇ ਗਏ ਜੇ ਸਿਡਨੀ ਚ ਤੇ ਇੱਕ ਜਿਹੜਾ ਸਪੈਸੀਫਿਕ ਏਜ ਗਰੁੱਪ ਹੈ ਉਹ ਸਾਰੇ ਆਲਮੋਸਟ ਦੋ ਚੌਂ ਸਾਲਾਂ ਦੇ ਫਰਕ ਦੇ ਵਿੱਚ ਪੰਜਾਂ ਦੇ ਵਿੱਚ ਉਹ ਉਹੀ ਇੱਕ ਕੈਟੇਗਰੀ ਆਈ ਹੈ ਉਹ ਇੱਕ ਏਜ ਗਰੁੱਪ ਆਇਆ ਇੱਥੇ ਤੇ ਬਹੁਤ ਪੁਰਾਣੀ ਜਿਹੜੀ ਇੱਕ ਮੈਜੋਰਟੀ ਇਹ ਪੋਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਪੁਰਾਣੀ ਨਹੀਂਗੀ ਉਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਤੁਹਾਨੂੰ ਲੱਗੇ ਉਹ ਹੀ ਕਾਲਜ ਵਾਲਾ ਮਾਹੌਲ ਚੱਲ ਰਿਹਾ ਹੈ ਹਾਂ ਕੈਸ ਆਸਟ੍ਰੇਲੀਆ ਕਾਲਜ ਦੇ ਭਾਜੀ ਸਹੀ ਹੈ ਜੀ ਬਹੁਤ 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 ਵਧੀਆ ਜੀ ਤੇ ਬੁੱਟਰ ਸਾਹਿਬ ਗੱਲਬਾਤ ਕਰੀਏ ਤੁਹਾਡੇ ਸਟਾਈਲ ਦੀ ਜਰਾ ਤੇ ਕੀ ਕੋਈ ਖਾਸ ਸਟਾਈਲ ਦੇ ਪਿੱਛੇ ਕੋਈ ਰੀਜ਼ਨ ਨਹੀਂ ਭਾਈ ਮੇਰੇ ਮਿੱਥ ਬੋ ਬਣੇ ਹੋਣੇ ਕੋਈ ਕਹਿੰਦਾ ਇਹਨੂੰ ਕੈਂਸਰ ਆ ਕੋਈ ਕਹਿੰਦਾ ਕੀਮੋਥੈਰੇਪੀ ਹੋਈ ਹੋਈ ਆ ਨਾ ਐ ਪ੍ਰਾਇਦਾ ਕੁਛ ਨਹੀਂ ਮੈਂ ਸ਼ੇਵ ਕਰਦਾ ਤੇ ਮੈਂ ਡੇਲੀ ਸ਼ੇਵ ਕਰਦਾ ਮੈਨੂੰ ਇਦਾਂ ਹੀ ਮੈਨੂੰ ਵਧੀਆ ਲੱਗਦਾ ਮੈਂ ਤਾਂ ਆਪਣਾ ਹੈਡ ਸ਼ੇਵ ਕਰਦਾ ਭਾਈ ਪਰ ਮੈਨੂੰ ਕੀਮੋਥੈਰੇਪੀ ਨਹੀਂ ਹੋਈ ਮੈਂ ਨਾਰਮਲ ਆ ਖਾਸ ਖਾਸ ਕੋਈ ਰੀਜ਼ਨ ਇਹਦੇ ਪਿੱਛੇ ਨਹੀਂ ਭਾਈ ਇਦਾਂ ਹੀ ਪਹਿਲਾਂ ਮੈਂ ਪਹਿਲਾਂ ਹੁੰਦੇ ਸੀ ਵਾਲ ਮੈਂ ਰੱਖਦਾ ਹੁੰਦਾ ਇੱਕ ਦਿਨ ਮੈਂ ਇਦਾਂ ਹੀ 90 ਬਸ ਮਰੇ ਮੈਨੂੰ ਇਦਾਂ ਹੀ ਪਤਾ ਨਹੀਂ ਕੀ ਮੈਂ ਸ਼ੇਵ ਕੀਤੀ ਤੇ ਮੈਨੂੰ ਠੀਕ ਲੱਗਿਆ ਨਾ ਮੈਂ ਹਮ ਤੱਕ ਠੀਕ ਰੱਖਿਆ ਉਹ ਮੈਂ ਫੇਰ ਵਾਲ ਗਰੋ ਕਰ ਲਏ ਸੀਗੇ ਮ ਫੈਦਾ ਹੀ ਬਹੁਤ ਹੋਇਆ ਪਾਜੀ ਮੇਰੀ ਆਇਡੈਂਟੀਟੀ ਬਣ ਚੁੱਕੀ ਹੈ ਮੇਰੀ ਪਛਾਣ ਬਣ ਚੁੱਕੀ ਹੈ ਕੱਲ ਨੂੰ ਜੇ ਤੁਸੀਂ ਵਾਲ ਰੱਖ ਲੇਤੇ ਉਹ ਨਾਲ ਕੋਈ ਵੀਡੀਓ ਨਾ ਕਰਾਵੇ ਹਾਂ ਨਹੀਂ ਹੁਣ ਕਹਿੰਦੇ ਵੀ ਆਏ ਨੇ ਆਪਾਂ ਵੀਡੀਓ ਕਿਦ ਅੱਛਾ ਉਹ ਗੰਝੇ ਤੋਂ ਸਹੀ ਗੱਲ ਹੈ ਜੀ ਆ ਆਮ ਗੱਲ ਚੱਲਦੀ ਹੈ ਜਦੋਂ ਕੋਈ ਕਹਿੰਦਾ ਨਾ ਵੀ ਹਾਂ ਜੀ ਉਹ ਉਹ ਮੁੰਡੇ ਇੱਕ ਗੱਲ ਕਰਦਾ ਉਹਨਾਂ ਦੇ ਵਿੱਚੋਂ ਫਿਰ ਇਹ ਗੱਲ ਆਉਂਦੀ ਹੈ ਕਿ ਅੱਛਾ ਉਹ ਅੱਛਾ ਉਹ ਗੰਝਾ ਉਹ ਗੰਝਾ ਨਹੀਂ ਵਧੀਆ ਜੀ ਬੜੀ ਵਧੀਆ ਇੱਕ ਉਹ ਹੋਰ ਮੈਨੂੰ ਬੁੱਟਰ ਸਾਹਿਬ ਤੁਹਾਡੇ ਸੁਭਾਅ ਦੀ ਵਧੀਆ ਗੱਲ ਲੱਗੀ ਕਿ ਤੁਸੀਂ ਇਸ ਚੀਜ਼ ਦਾ ਮਾਈਂਡ ਨਿਊ ਕਰ ਮਾਈਂਡ ਨਹੀਂ ਕਰਨਾ ਮਾਈਂਡ ਕਿਉਂ ਕਰਨਾ ਤੌਰ ਤੇ ਇਹ ਜਿਹੜਾ profession ਹੈ ਸਿੰਗਰ ਹੋ ਗਏ ਮਿਊਜ਼ਿਕ ਦੇ ਡਾਇਰੈਕਟਰ ਹੋ ਗਏ ਇਹ ਐਕਟਰ ਹੋ ਗਏ ਇਹਨਾਂ ਦੀ ਇੱਕ ਵੱਖਰੀ ਪਛਾਣ ਹੋਣੀ ਬਹੁਤ ਜ਼ਰੂਰੀ ਤੇ ਤੁਸੀਂ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਜੀ ਜਿਨ੍ਹਾਂ ਨੂੰ ਹੋਰ ਵੀ ਕਈਆਂ ਨੂੰ ਇਸ ਚੀਜ਼ ਦਾ ਵਹਿਮ ਹੈ ਵੀ ਇਹਨਾਂ ਨੂੰ ਕੈਂਸਰ ਹੋਈ ਆ ਮਹਾਰਾਜ ਸੁੱਖ ਰੱਖੇ ਇਦਾਂ ਦੀ ਕੋਈ ਫਿਲਹਾਲ ਠੀਕ ਆ ਫਿਲਹਾਲ ਠੀਕ ਆ ਜੀ ਨਹੀਂ ਜੀ ਮਹਾਰਾਜ ਅੱਗੇ ਵੀ ਸੁੱਖ ਰੱਖੇ ਤੇ ਇਸੇ ਤਰ੍ਹਾਂ ਤੁਸੀਂ ਬੜਾ ਕੁਝ ਕਰਨਾ ਵਾਲੇ ਬੜੀ ਸੇਵਾ ਕਰਨੀ ਆ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਤੇ ਆਪਾਂ ਚਾਹਾਂਗੇ ਕਿ ਤਤੀ ਬਾ ਨਾ ਗੇ ਸਾਡੇ ਵੀਰ ਨੂੰ ਹਾਂਜੀ ਸਿਰ ਨੂੰ ਵੀ ਨਾ ਲੱਗੇ ਸਿਰ ਨੂੰ ਵੀ ਨਾ ਲੱਗੇ ਬਿਲਕੁਲ ਸਿਰ ਨੂੰ ਵੀ ਨਾ ਲੱਗੇ ਰਮਾਲ ਬੰਨ ਕੇ ਤੁਸੀਂ ਕੰਮ ਕਰੋ ਤੇ ਇਹ ਨਾ ਹੋਵੇ ਕਿ ਆਸਟ੍ਰੇਲੀਆ ਦਾ ਥੋੜਾ ਜਿਹਾ ਵੈਦਰ ਤੁਸੀਂ ਬੜੀ ਤਾਰੀਫ ਤੁਸੀਂ ਕੀਤੀ ਆਉਣ ਵਾਲੇ ਦਿਨਾਂ ਚ ਧੁੱਪਾਂ ਵੀ ਵਧਣੀਆਂ ਜਦੋਂ ਤੁਸੀਂ ਕੰਮ ਕਰਨਾ ਤੇ ਸਿਰ ਚ ਸਨਬਰ ਨਾ ਹੋ ਜਾਏ ਸਨਬਰ ਨਾ ਹੋ ਜਾਏ ਸਨ ਸਕੀਨ ਲਾਉਣੀ ਬਿਲਕੁਲ ਜੀ ਤੁਸੀਂ ਤੇ ਉਹ ਤੇ ਖਰਚਾ ਤੇ ਥੋੜਾ ਜਿਹਾ ਹੋਰ ਵਾਧਾ ਹੋਣਾ ਮਾ ਬੁੱਢਾ ਸਾਹਿਬ ਥੋੜੀ ਸਿਰ ਤੇ ਵੀ ਚੱਲਦੀ ਹੈ ਸਿਰ ਤੇ ਵੀ ਲਾਉਣੀ ਪੈਂਦੀ ਹੈ ਲੋਸ਼ਨ ਕਰ ਚੱਲਦਾ ਜੀ ਬਹੁਤ ਵਧੀਆ ਜੀ ਤੇ ਬਟਾ ਸਭ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫਿਊਚਰ ਪਲੈਨਿੰਗ ਪਾਜੀ ਇੱਥੇ ਫਿਲਹਾਲ ਤਾਂ ਇੱਥੇ ਸ਼ੂਟ ਨੇ ਪਾਜੀ ਫਿਰ ਇੰਡੀਆ ਜਾ ਕੇ ਦੋ ਸ਼ੂਟ ਨੇ ਫਿਰ ਉਸ ਤੋਂ ਬਾਅਦ ਅਸੀਂ 20 ਤਰੀਕ ਨੂੰ ਯੂਕੇ ਜਾਣਾ ਜੀ ਯੂਕੇ ਸ਼ੂਟ ਹੈ ਜੀ ਫਿਰ ਮੈਂ ਤੁਹਾਨੂੰ ਦੱਸਾਂ ਮੰਥ ਬਾਅਦ ਫੇਰ ਇੱਥੇ ਵਾਪਸ ਆਉਣਾ ਤੇ ਤੇ ਫੇਰ ਬਾਕੀ ਸ਼ੂਟ ਨੇ ਭਾਈ ਬਾਕੀ ਦੇ ਫੇਰ ਇੱਥੇ ਪਲਾਨ ਨੇ ਬਾਕੀ ਮੈਂ ਮਨ ਦਿਲ ਤਾਂ ਬਹੁਤ ਕਰਦਾ ਸ਼ੇਅਰ ਕਰਨ ਨੂੰ ਪਰ ਮੈਂ ਸ਼ੇਅਰ ਨਹੀਂ ਕਰਦਾ ਕਿਉਂਕਿ ਫਿਊਚਰ ਪ੍ਰੋਜੈਕਟ ਮੇਰਾ ਕਨਫਿਡੈਂਸ਼ੀਅਲ ਹੁੰਦੇ ਨੇ ਭਾਈ ਨਹੀਂ ਬਿਲਕੁਲ ਜੀ ਬਿਲਕੁਲ ਕਰਨਾ ਵੀ ਨਹੀਂ ਚਾਹੀਦਾ ਇੱਕ ਸਸਪੈਂਸ ਵੀ ਬਹੁਤ ਜ਼ਰੂਰੀ ਅੱਜ ਕੱਲ ਇਹ ਜਿਹੜੀ ਇੰਡਸਟਰੀ ਹੈ ਰਹਿ ਹੀ ਸਸਪੈਂਸ ਦੇ ਸਿਰ ਤੇ ਗਈ ਹੈ ਪਹਿਲੇ ਜਿਹੜੇ 2-4 ਦਿਨ ਨੇ ਉਹ ਹੀ ਭਾਜ ਨੱਟ ਕੇ ਸਾਰਿਆਂ ਨੇ ਵੇਖਣਾ ਹੁੰਦਾ ਤੇ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤੇ ਅੱਜ ਕੱਲ ਗਾਣਿਆਂ ਦੀ ਜਾਂ ਵੀਡੀਓਜ਼ ਦੀ ਜਿਹੜੀ ਲਾਈਫ ਹੈ ਉਹ ਬਹੁਤ ਥੋੜੀ ਰਹਿ ਗਈ ਹੈ ਪਹਿਲਾਂ ਦੇ ਮੁਕਾਬਲੇ ਕਾਫੀ ਥੋੜੀ ਰਹਿ ਗਈ ਹੈ ਅੱਜ ਕੱਲ ਤੇ ਇੱਕ ਗਾਣਾ ਆਉਂਦਾ ਵਾ 4 ਦਿਨ ਜਾਂ 3 ਦਿਨ ਉਹ ਜੇਕਰ ਚੱਲ ਜੇ ਤੇ ਸੋਚਿਆ ਜਾਂਦਾ ਵੀ ਇਹ ਇਹ ਹਿੱਟ ਹੋ ਗਿਆ ਜੀ ਜੀ ਤੇ ਅਦਰਵਾਈਜ਼ ਉਹ ਲੰਮੇ ਲੰਮੇ ਸਮੇਂ ਤੱਕ ਚੱਲਣ ਵਾਲਾ ਹੁਣ ਉਹ ਕੰਮ ਨਹੀਂ ਰਿਹਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਸਿੰਗਰਜ਼ ਬਹੁਤ ਜ਼ਿਆਦਾ ਆ ਗਏ ਨੇ ਪਰ ਜੀ ਦਾ ਫਾਇਦਾ ਬਹੁਤ ਹੋਇਆ ਕੰਪੀਟੀਸ਼ਨ ਵਧੀਆ ਤਾਂ ਹੀ ਕੁਆਲਿਟੀ ਆਉਗੀ ਭਾਜੀ ਕੰਪੀਟੀਸ਼ਨ ਹੀ ਹੋਏਗਾ ਤਾਂ ਇੰਪਰੂਵਮੈਂਟ ਨਹੀਂ ਹੁੰਦੀ ਬਿਲਕੁਲ ਜੀ ਹਰ ਰੋਜ਼ ਮੈਂ ਕਹੂੰਗਾ ਕਈ ਵਾਰੀ ਤੇ ਡੇਲੀ ਸਾਨੂੰ ਦੋ ਦੋ ਤਿੰਨ ਤਿੰਨ ਗਾਣੇ ਰਿਲੀਜ਼ ਹੋਏ ਵਿਖਦੇ ਆ ਜਿਹੜੇ ਕਿ ਉਹ ਵੀ ਜਿਹੜੇ ਨਾਮੀ ਆ ਗਾਣੇ ਆ ਤੇ ਜੇਕਰ ਆਪਾਂ ਸਾਰੇ ਕੋਲ ਮਲਾਈਏ ਤੇ ਮੈਨੂੰ ਲੱਗਦਾ ਵਾ ਕਿ ਕਾਫੀ ਜਿਆਦਾ ਤਾਦਾਦ ਹੁੰਦੀਆਂ ਨੇ ਡੇਲੀ ਗਾਣੇ ਜਿਹੜੇ ਰਿਲੀਜ਼ ਹੁੰਦੇ ਪਹਿਲਾਂ ਕਦੀ ਕਦਾਂ ਹੀ ਕਿਤੇ ਇੰਤਜ਼ਾਰ ਹੁੰਦਾ ਸੀ ਮਹੀਨੇ ਚ ਕੋਈ ਇੱਕ ਅੱਧਾ ਗਾਣਾ ਰਿਲੀਜ਼ ਹੋਣਾ ਜਾਂ ਇੱਕ ਸਿੰਗਰ ਨੇ ਦੂਜੇ ਦੀ ਵੇਟ ਕਰਨੀ ਕਿ ਆਪਾਂ ਉਹਦਾ ਗਾਣਾ ਰਿਲੀਜ਼ ਹੋ ਰਿਹਾ ਵਾ ਆਪਾਂ ਉਹਦੇ ਕਰ ਲਈਏ ਪਰ ਹੁਣ ਵੇਟ ਦਾ ਜਿਹੜਾ ਉਹ ਰਹਿ ਨਹੀਂ ਗਈ ਗੰਜੈਸ਼ ਕਿਉਂਕਿ ਅਕਲੇ ਨੂੰ ਇਹ ਲੱਗਦਾ ਕਿ ਮੇਰਾ 뮤직 ਪੁਰਾਣਾ ਹੋ ਜਾਣਾ ਮਹੀਨੇ ਬਾਅਦ ਮੇਰੀ ਵੀਡੀਓ ਦਾ ਕਨਸੈਪਟ ਪੁਰਾਣਾ ਹੋ ਜਾਣਾ ਉਹ ਕੀ ਹੁੰਦੇ ਪਾਜੀ ਤੁਸੀਂ ਵੀਡੀਓ ਕਰਕੇ ਰੱਖ ਲਓ ਤੁਸੀਂ ਦੋ ਮਹੀਨੇ ਬਾਅਦ ਰਿਲੀਜ਼ ਕਰੋ ਡੇਲੀ ਕੁਛ ਨਾ ਕੁਛ ਨਾ ਮ ਆ ਰਹੇ ਬਹੁਤ ਜ਼ਿਆਦਾ ਕੁਇਕ ਚੇਂਜਸ ਆ ਰਹੇ ਬਹੁਤ 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 ਜ਼ਿਆਦਾ ਇਸ ਚੀਜ਼ ਦਾ ਫਰਕ ਪੈ ਰਿਹਾ ਸੋ ਬੁੱਟਾ ਸਾਹਿਬ ਜਦੋਂ ਆਪਾਂ ਆਪਣੇ ਕੈਰੀਅਰ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਆਪਾਂ ਆਪਣੇ profession ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੁੰਦੀਆਂ ਜੀ ਜੀ ਕੋਈ ਖਾਸ ਕੋਈ ਵੀਡੀਓ ਜਿਹਨੂੰ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ ਹੋਵੇ ਜਿੱਦਾਂ ਭਾਈ ਮੈਂ ਤੁਹਾਨੂੰ ਦੱਸਿਆ ਮੇਰੀ ਵਨ ਆਫ ਫੇਵਰੇਟ ਹੈ ਜੱਟ ਦੀ ਐਕਸ਼ਨ ਹੈ ਤੇ ਉਹਦੇ ਪਿੱਛੇ ਵੀ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਉਹਦਾ ਸਾਰਾ ਸੈੱਟ ਲਾਇਆ ਸੀ ਅਸੀਂ ਟਾਬੇ ਤੇ ਨਾ ਤੇ ਜਿਵੇਂ ਸ਼ੂਟ ਸ਼ੁਰੂ ਕਰਨੇ 6 ਵਜ अच्छा थे जी असी ਫੇਰ ਫਟਾਫਟ ਸਾਰਾ ਕਿਉਂਕਿ ਸਾਡੇ ਕੋਲ ਟਾਈਮ ਲਿਮਿਟ ਸੀ ਹਨਾ ਤੇ ਬਜਟ ਲਿਮਿਟ ਸੀ ਤੁਸੀਂ ਅੱਗੇ ਨਹੀਂ ਜਾ ਸਾਰਾ ਕੁਝ ਰੈਂਟਲ ਹੁੰਦਾ ਹਨਾ ਤੇ ਫਿਰ ਉਹ ਸਾਰਾ ਕੁਝ ਫਟਾਫਟ ਸੈਟਲ ਆਇਆ ਤੇ ਸ਼ੂਟ ਕੰਪਲੀਟ ਕੀਤਾ ਤੇ ਸੇਮ ਇਦਾ ਹੀ ਬਹੁਤ ਮਸ਼ਹੂਰ ਗਾਣਾ ਹੋਇਆ ਜੀ ਪਟਿਆਲਾ ਪੈਗਣਾ ਹਾਂਜੀ ਤੇ ਅਸੀਂ ਸੋਚਿਆ ਸੀ ਦੁਪਹਿਰੇ 2 ਵਜੇ ਸ਼ੂਟ ਸ਼ੁਰੂ ਕਰਾਂਗੇ ਪਰ ਉਹ ਰਾਤ ਦੇ 3-4 ਵਜੇ ਆ ਸ਼ੂਟ ਸ਼ੁਰੂ ਹੋਇਆ ਕਿਉਂਕਿ ਜਨਰੇਟਰ ਬੰਦ ਹੋ ਗਿਆ ਕੈਮਰਾ ਆਫ ਹੋ ਗਿਆ ਵਿਦਆਊਟ ਐਨੀ ਰੀਜ਼ਨ ਕੁਝ ਨਹੀਂ ਪਤਾ ਲੱਗਿਆ ਕਿਉਂ ਅੱਛਾ ਜੀ ਪਰ ਖੈਰ ਜਿੰਨੀ ਮਿਹਨਤ ਹੋਈ ਤੇ ਜਿੰਨਾ ਸਟ्रेस ਹੋਇਆ ਉਹ ਸਮ ਮੁੜਿਆ ਵੀ ਆ ਪਾਜੀ ਗਾਣੇ ਦਾ ਰਿਸਪੌਂਸ ਬਹੁਤ ਗੁੱਡ ਸੀਗਾ ਮਿਹਨਤ ਦਾ ਮੁੱਲ ਮੁੜ ਗਿਆ ਤੇ ਬੁੱਟਾ ਸਭ ਵੈਸੇ ਤੇ ਕਹਿਣ ਚ ਆ ਜਾਂਦਾ ਜਿੱਦਾਂ ਵੀਡੀਓ ਮੰਨ ਲਓ ਤੁਹਾਡੀ ਇੱਕ ਬਜਟ ਡਿਸਾਈਡ ਹੋ ਗਿਆ ਇੰਨੇ ਪੈਸੇ ਇਸ ਵੀਡੀਓ ਦੇ ਉੱਤੇ ਲੱਗਣਗੇ ਤੇ ਆ ਜਿਹੜੇ ਇਦਾਂ ਦੇ ਤੁਸੀਂ ਕੁਦਰਤੀ ਕਰੋਪੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਉਹਨਾਂ ਦਾ ਖਰਚਾ ਫਿਰ ਕਿੱਦਾਂ ਨਹੀਂ ਭਾਈ ਉਹ ਫੜਦੇ ਡਾਇਰੈਕਟਰ ਨੂੰ ਇਹਨੇ ਤੁਹਾਡੇ ਕੋਲ ਥੋੜਾ ਜਿਹੜਾ ਮਾਰਜਨ ਹੁੰਦਾ ਜਿਹੜਾ ਸਾਡਾ ਅਸੀਂ ਪ੍ਰੋਫਿਟ ਕਹਿ ਦਈਏ ਨਾ ਕਈ ਵਾਰ ਤਾਂ ਉਹ ਚੋ ਜਾ ਚਲਾ ਜਾਂਦਾ ਤਾਂ ਕਈ ਵਾਰ ਮਤਲਬ ਥੋੜਾ ਸੇਫ ਸਾਈਡ ਲੈ ਕੇ ਜਰੂਰ ਚੱਲਦੇ ਆ ਜਾਂ ਫਿਰ ਸਿੰਗਰ ਥੋੜਾ ਬਤਾ ਕੋਪਰੇਟ ਕਰਦਾ ਇਹ ਵੀ ਇਹ ਵੀ ਇੱਕ ਰਿਸਕ ਲੈਵਲ ਬਣਿਆ ਰਿਹਾਦਾ ਭਾਜੀ ਕਿਉਂਕਿ ਰਿਸਕ ਲੈਵਲ ਬਣ ਬਹੁਤ ਚੀਜ਼ਾਂ ਜਿਹੜੇ ਇਕੱਠੀ ਹੋ ਗਏ ਇੱਕ ਵੀਡੀਓ ਬਣਦੀ ਜਾਂਦੀ ਉਹ ਜੇ ਕੋਈ ਵੀ ਇੱਕ ਚੀਜ਼ ਖਰਾਬ ਹੁੰਦੀ ਹੈ ਜਾਂ ਨੁਕਸਾਨ ਹੁੰਦਾ ਨਹੀਂ ਉਹ ਸਾਰਾ ਇਫੈਕਟ ਵੀਡੀਓ ਤੇ ਪੈਂਦਾ ਮ ਉਹ ਇਹ ਵੀ ਇਹ ਵੀ ਵੇਖਣ ਵਾਲੀਆਂ ਚੀਜ਼ਾਂ ਨੇ ਕਿਉਂਕਿ ਕਹਿਣ ਨੂੰ ਕਹਿ ਦਿੱਤਾ ਜਾਂਦਾ ਕਿ ਇੰਨੇ ਪੈਸੇ ਵੀਡੀਓ ਡਾਇਰੈਕਟਰ ਲੈ ਗਿਆ ਪਰ ਜੇ ਉਹ ਸੈੱਟ ਪੁੱਟਿਆ ਗਿਆ ਤੇ ਫਿਰ ਇਹ ਨਹੀਂ ਕੋਈ ਕਹਿੰਦਾ ਵੀ ਇੰਨੇ ਪੈਸੇ ਵੀਡੀਓ ਡਾਇਰੈਕਟਰ ਨੇ ਦਿੱਤੇ ਸਨ ਬਹੁਤ ਵਧੀਆ ਜੀ ਨਮਜੀਤ ਪੁੱਤਰ ਜੀ ਜਿਹੜੇ ਕਿ ਵੀਡੀਓ ਡਾਇਰੈਕਟਰ ਨੇ ਤੇ ਇੱਥੇ ਇਸ ਟਾਈਮ ਮੈਲਬੌਰਨ ਦੇ ਵਿੱਚ ਮੌਜੂਦ ਨੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਵੀਡੀਓਜ਼ ਬਣਾਉਣ ਦੇ ਲਈ ਆਏ ਨੇ ਆਏ ਨੇ ਮਦਦ ਕਰਨ ਸਾਡੇ ਵੀਰਾਂ ਭਰਾਵਾਂ ਦੇ ਜਿਨ੍ਹਾਂ ਨੂੰ ਸ਼ੌਂਕ ਆ ਗਾਉਣ ਦਾ ਤੇ ਜਿਨ੍ਹਾਂ ਨੇ ਗਾਣੇ ਰਿਕਾਰਡ ਕਰਵਾ ਕਰਵਾ ਕੇ ਰੱਖੇ ਨੇ ਉਹਨਾਂ ਦੀਆਂ ਵੀਡੀਓ ਬਣਾਉਣ ਦੇ ਲਈ ਪੁੱਤਰ ਸਾਹਿਬ ਗੱਲਬਾਤ ਤੋ ਸ਼ੁਰੂ ਕਰਦੇ ਆਂ ਤੁਹਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਵੇਖ ਕੇ ਇੱਕ ਫਿਲਮੀ ਮਜ਼ਾ ਆਉਂਦਾ ਹੈ ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਇੱਕ ਫਿਲਮਾਂ ਵਾਲਾ ਮਾਹੌਲ ਚਾਲ ਲੱਗਦਾ ਵਾ ਉਹਦੇ ਵਿੱਚ ਜਿੱਦਾਂ ਤੁਸੀਂ ਸ਼ੁਰੂ ਕਰਦੇ ਜੇ ਪਹਿਲਾ ਇੱਕ ਅੱਧਾ ਮਿੰਟ ਤੇ ਉਹ ਜਿਹੜੀ ਉਹ ਸਟੋਰੀ ਚੱਲਦੀ ਰਹਿੰਦੀ ਆ ਕਾਫੀ ਵੱਡੀ ਵੱਡੀ ਲੁੱਕ ਆਉਂਦੀ ਹੈ ਤੇ ਕੀ ਵਿਚਾਰ ਆਉਣ ਵਾਲੇ ਦਿਨਾਂ ਚ ਫਿਲਮ ਫਿਲਮ ਭਾਜੀ ਜ਼ਰੂਰ ਕਰਾਂਗੇ ਫਿਲਮ ਜੀ ਸਕ੍ਰਿਪਟ ਚੰਗੀ ਹੋਈ ਤੇ ਥੋੜਾ ਜ ਮੈਂ ਵੀ 뮤직 ਵੀਡੀਓਜ਼ ਨੂੰ ਐਸਾ ਆਪਣੇ ਆਪ ਨੂੰ ਟ੍ਰੇਨ ਕਰ ਰਿਹਾ ਹਾਂ ਮੂਵੀਜ਼ ਦੇ ਲਈ ਮੂਵੀਜ਼ ਦੇ ਲਈ ਸੋ ਆਪਾਂ ਕਹਿ ਸਕਦੇ ਹਾਂ ਕਿ ਡੈਸਟੀਨੇਸ਼ਨ ਜਿਹੜਾ ਉਹ ਤੁਹਾਡਾ ਫਿਲਮਾਂ ਹੈ ਜੀ ਫਿਲਮਾਂ ਨੇ ਜੀ ਤੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹਲੇ ਤੱਕ ਕੋਈ ਮਨਸੂਬੇ ਜਾਂ ਹਲੇ ਤੱਕ ਭਾਜੀ ਫਿਲਹਾਲ ਸ਼ਾਰਟ ਮੂਵੀ ਤੇ ਕੰਮ ਕਰ ਰਹੇ ਹਾਂ ਜੀ ਜੀ ਤੇ ਹਜੇ ਸਕ੍ਰਿਪਟ ਵਗੈਰਾ ਡਨ ਹੈਗੀ ਉਹਦੀ ਬਟ ਸ਼ੂਟ ਨਹੀਂ ਸ਼ੁਰੂ ਹੋਈ ਉਹ ਜਾ ਕੇ ਇੰਡੀਆ ਕੁਝ ਫਰਵਰੀ ਦੇ ਨੇੜੇ ਤੇ ਸ਼ੂਟ ਹੋਏਗੀ ਜੀ ਤੇ ਮੈਂ ਕਹੂੰਗਾ ਕਨਸੈਪਟ ਜ਼ਰੂਰ ਕੰਟਰੋਵਰਸੀਅਲ ਹੈ ਨੇ ਬਿਲਕੁਲ ਤੁਹਾਡੇ ਜਿਹੜੇ ਕਨਸੈਪਟ ਨੇ ਕਨਸੈਪਟ ਕਰਕੇ ਹੀ ਤੁਸੀਂ ਜਾਣੇ ਜਾਂਦੇ ਜਿਹੜੀ ਤੁਹਾਡੀ ਇੱਕ ਫਰਸਟ ਚੀਜ਼ ਆ ਵੈਸੇ ਤੇ ਕਨਸੈਪਟ ਇੱਕ ਪਾਰਟ ਆ ਉਸ ਚੀਜ਼ ਦਾ ਹਾਂਜੀ ਆਫ ਕੋਰਸ ਤੁਹਾਡੀ ਜਿਹੜੀ ਕੁਆਲਟੀ ਵਾਈਜ਼ ਵੀਡੀਓਜ਼ ਤੁਹਾਡੀਆਂ ਜਿਹੜੀਆਂ ਨੇ ਉਹ ਬਿਲਕੁਲ ਇੱਕ ਵੱਖਰੇ ਅੰਦਾਜ਼ ਦੀਆਂ ਵੱਖਰੀ ਲੁੱਕ ਦੀਆਂ ਵੀਡੀਓਜ਼ ਤੁਸੀਂ ਬਣਾਈਆਂ ਨੇ ਪਰ ਜਿਹੜਾ ਕਨਸੈਪਟ ਆ ਉਹ ਮੈਂ ਕਹੂੰਗਾ ਤੁਹਾਡਾ ਇੱਕ ਇੱਕ ਬੈਕਬੋਨ ਆ ਤੁਹਾਡੀਆਂ ਵੀਡੀਓਜ਼ ਦੀ ਤੇ ਤਾਂ ਤੇ ਉਹ ਜਿਹੜੀ ਚੀਜ਼ ਆ ਉਹਨੂੰ ਤੁਸੀਂ ਜਦੋਂ ਫਿਲਮਾਂ ਦੇ ਵਿੱਚ ਲੈ ਕੇ ਆਉਂਦੇ ਕੋ ਫਿਲਮ ਜਿਹੜੀ ਆ ਉਹ ਤੇ ਬੇਸਡ ਹੀ ਕਨਸੈਪਟ ਤੇ ਤੇ ਉਹ ਜਦੋਂ ਉੱਥੇ ਤੁਸੀਂ ਅਪਲਾਈ ਕਰਨਾ ਤੇ ਉਹ سونے ਤੇ ਸੁਹਾਗੇ ਵਾਲੀ ਗੱਲ ਜਰੂਰ ਹੁੰਦੀ ਹੈ ਮਹਾਰਾਜ ਤੁਹਾਨੂੰ ਤੁਹਾਡੇ ਮਨਸੂਬਿਆਂ ਦੇ ਵਿੱਚ ਕਾਮਯਾਬੀ ਦਵੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੀ ਫਿਲਮਾਂ ਵੀ ਵੇਖੀ ਐ ਐਜ਼ ਅ ਫਿਲਮ ਡਾਇਰੈਕਟਰ ਵੀ ਤੁਹਾਨੂੰ ਵੇਖੀ ਐ ਬੁੱਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਹਾਂ ਗਾਣਿਆਂ ਦੀ ਵੀਡੀਓਜ਼ ਦੀ ਇਹ ਜਿਹੜਾ ਪ੍ਰੋਫੈਸ਼ਨ ਐ ਹੁਣ ਦਿੱਲੀ ਸੌਰੀ ਬੰਬੇ ਦੀ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਿਲਮ ਇੰਡਸਟਰੀ ਆ ਤੇ ਉਹਦੇ ਵਿੱਚ ਡਾਇਰੈਕਟਰਸ ਦੀ ਜਿਹੜੀ ਲਾਈਫ ਆ ਉਹਦੇ ਬਾਰੇ ਕਾਫੀ ਸੁਣਨ ਨੂੰ ਮਿਲਦਾ ਕਿ ਬਹੁਤ ਲਾਈਫ ਲਾਈਫ ਸਟਾਈਲ ਜਿਹੜਾ ਹਾਰਡ ਆ ਗੁਸਾਉਣ ਦਾ ਪਤਾ ਨਹੀਂ ਉੱਠਣ ਦਾ ਪਤਾ ਨਹੀਂ ਜੇ ਆਪਾਂ ਇਹ ਕਹਿ ਲਈਏ ਕਿ ਬਾਹਰ ਵਾਲਾ ਲਾਈਫ ਸਟਾਈਲ ਆ ਤੇ ਉਹਦੇ ਵਿੱਚ ਸ਼ਾਇਦ ਕੋਈ ਗਲਤ ਨਹੀਂ ਹੋਊਗਾ ਤੇ ਪੰਜਾਬ ਦੇ ਵਿੱਚ ਇਹ ਕਿਦਾਂ ਵਾ ਹੁਣ ਤੁਸੀਂ ਗਾਣੇ ਬਣਾਉਂਦੇ ਜੇ ਕਿਦਾਂ ਕਿੰਨਾ ਕੁ ਮਾਲ ਲਾਈਫ ਸਟਾਈਲ ਦਾ ਕਿਦਾਂ ਸਿਸਟਮ ਚੱਲਦਾ ਮੈਂ ਕਹੂੰਗਾ ਲਾਈਫ ਸਟਾਈਲ ਜਿੰਨਾ ਵਧੀਆ ਦਿਖਦਾ ਉਹਨਾਂ ਖੈਰ ਵਧੀਆ ਹੈਗਾ ਵੀ ਆ ਬਟ ਉਹਨਾਂ ਹੀ ਸਟ्रेसਫੁੱਲ ਵੀ ਆ ਭਾਈ ਕੋਈ ਪਤਾ ਨਹੀਂ ਕਿਹੜੇ ਬੇਲੇ ਸਾਡੀ ਕੋਈ ਡੇਲੀ ਰੂਟੀਨ ਨਹੀਂ ਹੁੰਦੀ ਜੀ ਜੀ ਕੁਝ ਰਾਤ ਨੂੰ ਸ਼ੂਟ ਕਰਨਾ ਕੁਝ ਦਿਨੇ ਕਰਨਾ ਕੁਝ ਦਿਨੇ ਫਿਰ ਐਡੀਟਿੰਗ ਦਾ ਟਾਈਮ ਨਹੀਂ ਪਤਾ ਕਿੰਨਾ ਟਾਈਮ ਜਾਣਾ ਕਿੰਨਾ ਟਾਈਮ ਨਹੀਂ ਜੀ ਤੇ ਕੋਈ ਕੋਈ ਡੇਲੀ ਹੀ ਨਹੀਂ ਕਿ 8 ਤੋਂ 5 ਕੰਮ ਕਰਨਾ ਜੀ ਜੀ ਕਦੇ 5 ਵਜੇ ਦੇ ਕੇ 10 ਵਜੇ ਦੇ ਕੋ ਪੱਕਾ ਨਹੀਂ ਆ ਵੀ ਆਪਾਂ 9 ਵਜੇ ਕੰਮ ਤੇ ਜਾਣਾ ਤੇ 5 ਵਜੇ ਘਰ ਨੂੰ ਆਇਆ ਇਹ ਕੋਈ ਚੀਜ਼ਾਂ ਨਹੀਂ ਹਨ ਤਾਂ ਇੱਕ ਸਹੀ ਤੇ ਤਾਂ ਮੈਂ ਵੀ ਸੋਚਦਾ ਕਿ ਸ਼ਾਇਦ ਉਹ ਇਹਨਾਂ ਚੀਜ਼ਾਂ ਦਾ ਵੀ ਕਿ ਕਿਨੂੰ ਕਿਹੜੇ ਕੱਪੜੇ ਪਾਉਣੇ ਆ ਕਿੱਦਾਂ ਦਾ ਸੈੱਟ ਹੋਣਾ ਚਾਹੀਦਾ ਟਾਈਮ ਤੇ ਟਾਈਮ ਕੁਝ ਚੇਂਜ ਕਰਨਾ ਉਹ ਇੰਨੀ ਜਿਆਦਾ ਸੋਚ ਵਿਚਾਰ ਤੇ ਮੈਨੂੰ ਉੱਤੇ ਲੱਗਦਾ ਹੈ ਹੁਣ ਤੇ ਚਲੋ ਤੁਸੀਂ ਦੱਸ ਤਾਂ ਤੁਸੀਂ ਸ਼ੇਵ ਕਰਦੇ ਮੈਨੂੰ ਲੱਗਦਾ ਹੈ ਸ਼ਾਇਦ ਟੈਨਸ਼ਨ ਨੇ ਨਹੀਂ ਨਹੀਂ ਮੈਨੂੰ ਲੱਗਦਾ ਯਾਰ ਮੇਰੇ ਵਾਂਗੂ ਟੈਨਸ਼ਨ ਨਾ ਛੜੇ ਆ ਮੇਰੇ ਛੇਵੇਂ ਕਰ ਦਿੰਦੇ ਤੇ ਵੱਧ ਇੱਕ ਬੱਤ ਛੱਡ ਜਾਂਦੇ ਬਾਕੀ ਬੰਦਾ ਫਿਰ ਸੋਚਦਾ ਵੀ ਚਲੋ ਹੁਣ ਅੱਧੇ ਕੱਟ ਛੜੇ ਹੀ ਆ ਬਾਕੀ ਨਾ ਮੱਲਾ ਨਾ ਛੜ ਗਏ ਹੋਣਗੇ ਮੈਂ ਅੱਜ ਬਤਾ ਕੇ ਦੇਖਾਂ ਚੜ ਮਿਲ ਗਏ ਹੋਣਗੇ ਬਿਲਕੁਲ ਜੀ ਜਿੰਨੇ ਹੀ ਆਪਾਂ ਸਟ੍ਰੈਸ ਲੈਨੇ ਆ ਯਾਨੀ ਕਿ ਅੱਜ ਕੱਲ ਸਪੈਸ਼ਲੀ ਜੇ ਵੇਖਿਆ ਜਾਵੇ ਬੁੱਟਰ ਸਾਹਿਬ ਜਿਹੜੀ ਇੱਕ ਲਾਈਫ ਸਟਾਈਲ ਆਪਾਂ ਬਾਹਰ ਕਹਿ ਦਿੰਨੇ ਆ ਸਾਡੇ ਵੀਰ ਜਿਹੜੇ ਇਸ ਟਾਈਮ ਇੱਥੇ ਫੋਰਨ ਦੇ ਵਿੱਚ ਨੇ ਉਹਨਾਂ ਨੇ ਉਹ ਕਾਲਜਾਂ ਦਾ ਸਕੂਲਾਂ ਦਾ ਮਾਹੌਲ ਚਾਲ ਵੇਖਿਆ ਵਾ ਉਸ ਤੋਂ ਬਾਅਦ ਆਪ ਜਾਂਦੀ ਹੈ ਪਰ ਉੱਥੇ ਵੀ ਕਾਫੀ ਹੋਣਾ ਹੈਕਟਿਕ ਹੋ ਚੁੱਕਾ ਕੰਮ ਜਿੱਦਾਂ ਜਿੱਦਾਂ ਗਲੋਬਲਾਈਜੇਸ਼ਨ ਦਾ ਦੌਰ ਹੈ ਅੱਜਕੱਲ ਤੇ ਜੋ ਬਾਹਰ ਲਾਈਫ ਸਟਾਈਲ ਆ ਜੇਕਰ ਕੋਈ ਕੰਮ ਕਰਨ ਵਾਲਾ ਬੰਦਾ ਜਿਨੇ ਆਪਣੇ ਹੱਥੀਂ ਕਰਕੇ ਕਿਰਤ ਖਾਣਾ ਉਹਦੇ ਲਈ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਵੀ ਸੇਮ ਹੀ ਹੈਕਟਿਕ ਲਾਈਫ ਹਾਂਜੀ ਭਾਈ ਬਹੁਤ ਇਹ ਤਾਂ ਭਾਜੀ ਜੇ ਕੰਮ ਕਰਾਂਗੇ ਤਾਂ ਮਿਹਨਤ ਕਰਨੀ ਪੈਣੀ ਹੈ ਮਿਹਨਤ ਆਊਗੀ ਤਾਂ ਸਟ्रेस ਜ਼ਰੂਰ ਆਊਗਾ ਸਹੀ ਗੱਲ ਹੈ ਸਟ੍ਰੈਸ ਨਹੀਂ ਹੋਏਗਾ ਤਾਂ ਮੈਂ ਕਹੂੰਗਾ ਇੰਪਰੂਵਮੈਂਟ ਨਹੀਂ ਹੋਏਗਾ ਭਾਈ ਸਹੀ ਗੱਲ ਹੈ ਸਟ੍ਰੈਸ ਜਿੰਨਾ ਨੁਕਸਾਨ ਵੀ ਕਰਦਾ ਉਹਨਾ ਚੰਗਾ ਵੀ ਭਾਈ ਸਟ੍ਰੈਸ ਨਾ ਹੋਵੇ ਤਾਂ ਕੰਮ 'ਚ ਇੰਪਰੂਵਮੈਂਟ ਕਦੇ ਨਹੀਂ ਹੋਏਗਾ ਕੰਮ 'ਚ ਇੰਪਰੂਵਮੈਂਟ ਨਹੀਂ ਆਉਂਦੀ ਕੰਪੀਟੀਸ਼ਨ ਨਾ ਹੋਵੇ ਸਟ੍ਰੈਸ ਨਾ ਹੋਵੇ ਤੁਹਾਡੀ ਗੱਡੀ ਜਿਹੜੀ ਆ ਉਹ ਸਪੀਡ ਨਹੀਂ ਫੜਦੀ ਤੇ ਸਭ ਤੋਂ ਵੱਡਾ ਜੇ ਫ੍ਰੀਵੇ ਤੇ ਜਾਵੋਗੇ ਤਾਂ ਅਗੇ ਹੋਰ ਗੱਡੇ ਨੂੰ ਤਾਂ ਨੀਂਦ ਹੀ ਆਉਣੀ ਆ ਭਾਜੀ ਨੀਂਦ ਆ ਉਹ ਐਕਸੀਡੈਂਟ ਹੋ ਗਏ ਸਹੀ ਗੱਲ ਹੈ ਜੀ ਸਪੈਸ਼ਲੀ ਜੇ ਵੇਖਿਆ ਜਾਵੇ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸਟ੍ਰੈਸ ਤੇ ਉਸ ਬੰਦੇ ਨੂੰ ਆ ਜਿਹਨੂੰ ਵਿਹਲਾ ਰਹਿੰਦਾ ਜਿਹੜਾ ਕੰਮਕਾਰ ਦੇ ਵਿੱਚ ਬਿਜ਼ੀ ਆ ਉਹਨੂੰ ਤੇ ਸਭੋਂ ਮੇਰੇ ਹਿਸਾਬ ਨਾਲ ਘੱਟ ਸਟ੍ਰੈਸ ਹੈ ਉਹ ਹੈ ਉਹ ਹੈਲਥੀ ਸਟ੍ਰੈਸ ਆ ਭਾਜੀ ਉਹ ਹੈਲਥੀ ਸਟ੍ਰੈਸ ਆ ਉਹ ਸਾਨੂੰ ਪਤਾ ਹੈ ਵੀ ਆਪਾਂ ਕੁਝ ਕਰ ਰਹੇ ਆਂ ਤੇ ਇਹਦੀ ਸਾਨੂੰ ਆਉਟਪੁੱਟ ਜਿਹੜੀ ਉਹ ਮਿਲ ਹੀ ਜਾਣੀ ਆ ਸਾਨੂੰ ਕੁਝ ਨਾ ਕੁਝ ਕਿਸੇ ਨਾ ਕਿਸੇ ਪਾਸੇ ਆਪਾਂ ਲੱਗ ਹੀ ਜਾਣਾ ਮੋਟਾ ਸਾਹਿਬ ਵੱਖ-ਵੱਖ ਸੈਲੀਬ੍ਰਿਟੀਜ਼ ਨਾਲ ਵੱਡੇ-ਵੱਡੇ ਸਿੰਗਰਜ਼ ਨਾਲ ਕਿਸੇ ਦੇ ਬਾਰੇ ਕੋਈ ਟਿਕਾ ਟਿੱਪ ਨਹੀਂ ਕੋਈ ਤੁਹਾਨੂੰ ਲੱਗਦਾ ਹੋਵੇ ਕਿ ਆ ਬੰਦੇ ਦੇ ਨਾਲ ਕੰਮ ਕਰਕੇ ਯਾਰ ਨਜ਼ਾਰਾ ਹੀ ਆ ਗਿਆ ਨਹੀਂ ਭਾਈ ਬੰਦੇ ਸਾਰੇ ਗੁੱਡ ਨਹੀਂ ਬਾਕੀ ਥੋੜੀ ਤੇ ਉਹਨਾਂ ਦੀ ਪਰਸਨੈਲਿਟੀ ਮੈਚ ਕਰਦੀ ਆ ਤਾਂ ਉਹ ਬੰਦਾ ਤੁਹਾਡੇ ਲਈ ਗੁੱਡ ਹੁੰਦਾ ਨਾ ਜੇ ਕਦੇ ਤੁਹਾਨੂੰ ਲੱਗਦਾ ਵੀ ਉਹ ਵੀ ਥੋੜੀ ਪਰਸਨੈਲਿਟੀ ਤੇ ਉਹਨਾਂ ਦੀ ਨਹੀਂ ਮੈਚ ਕਰਦੀ ਤਾਂ ਜਰੂਰ ਇਸ਼ੂ ਹੁੰਦੇ ਆ ਔਖਾ ਵੀ ਹੋ ਜਾਂਦਾ ਤੇ ਕਈ ਵਾਰੀ ਇਦਾਂ ਕਿ ਕਿਉਂਕਿ ਉਹ ਵੀ ਹਿਊਮਨ ਬੀਿੰਗ ਨੇ ਭਾਈ ਜੀ ਅਲੱਗ ਅਲੱਗ ਟਾਈਪ ਦੇ ਬੰਦਿਆਂ ਨਾਲ ਅਲੱਗ ਅਲੱਗ ਨੇਚਰ ਦੇ ਬੰਦਿਆਂ ਨਾਲ ਕੰਮ ਕਰਨਾ ਪੈਂਦਾ ਤੇ ਉੱਥੇ ਜਰੂਰ ਕੋਈ ਨਾ ਕੋਈ ਤੇ ਬੰਦੇ ਨੂੰ ਫੇਸ ਕਰਨਾ ਹੀ ਪੈ ਜਾਂਦਾ ਕਿ ਹੋ ਜਾਂਦਾ ਮੁਸ਼ਕਲਾਂ ਫੇਸ ਕਰਨੀਆਂ ਪੈ ਜਾਂਦੀ ਜੀ ਤੇ ਬੁੱਟਰ ਸਾਹਿਬ ਉਹਨਾਂ ਦੇ ਵੱਡੇ ਵੱਡੇ ਸਟਾਰਸ ਦੇ ਲਾਈਫ ਸਟਾਈਲ ਤੁਹਾਨੂੰ ਉਹਨਾਂ ਦੇ ਵੀ ਪਤਾ ਲੱਗਦੇ ਹੋਣਗੇ ਜਦੋਂ ਉਹਨਾਂ ਦੇ ਨਾਲ ਤੁਸੀਂ ਕੰਮ ਕਰਨਾ ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਸ਼ੇਅਰ ਕਰਨੇ ਕਿੱਦਾਂ ਦਾ ਫੀਲ ਹੁੰਦਾ ਵੱਡੇ ਵੱਡੇ ਨਾਵਾਂ ਦੇ ਨਾਲ ਕੰਮ ਕਰਕੇ ਪਾ ਜੀ ਨਹੀਂ ਬਹੁਤ ਚੰਗਾ ਕਿਉਂਕਿ ਉਹਨਾਂ ਦੀ ਰੈਕੋਗਨੀਸ਼ਨ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਨਾ ਜੇ ਸਾਡਾ ਮਤਲਬ ਵੀ ਕਿਸੇ ਵੱਡੇ ਸਿੰਗਰ ਨਾਲ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਹੈਲਪ ਹੁੰਦੀ ਹੈ ਸਾਡੀ ਪ੍ਰੋਫਾਈਲ ਚੰਗੀ ਬਣਦੀ ਹੈ ਪਾ ਜੀ ਹੈ ਨਾ ਜੀ ਤੇ ਜੇ ਗੱਲ ਕਰੇ ਲਾਈਫ ਸਟਾਈਲ ਦੀ ਮੈਂ ਕਹੂੰ ਉਹਨਾਂ ਦਾ ਵੀ ਉਹਨਾਂ ਹੀ ਹੈਕਟਿਕਾ ਪਾ ਜੀ ਕਿਉਂਕਿ ਉਹ ਬਹੁਤ ਬਿਜ਼ੀ ਰਹਿੰਦੇ ਨੇ ਨਾ ਜੀ ਮੀਟਿੰਗਸ ਉਹਨਾਂ ਨੇ ਸਾਰੇ ਐਸਪੈਕਟ ਦੇਖ ਰਹੇ ਨੇ ਵੀਡੀਓ ਦਾ ਵੀ ਦੇਖਣਾ ਸਿੰਗਿੰਗ ਦਾ ਵੀ ਦੇਖਣਾ ਪਾ ਜੀ ਲਿਰਿਕਸ ਦਾ ਵੀ ਦੇਖਣਾ ਨਾ ਜੀ ਜੀ ਮੈਂ ਕਹੂੰਗਾ ਕਹਿਣਾ ਸੌਖਾ ਵੀ ਸਿੰਗਰ ਬਣਨਾ ਪਰ ਬਾਕੀ ਬਹੁਤ ਮਿਹਨਤ ਦਾ ਕੀਤਾ ਜੀ ਕਹਿਣਾ ਸੌਖਾ ਜਿਹੜਾ ਬੰਦਾ ਕਰੇ ਉਹਨੂੰ ਪਤਾ ਜੀ ਮੋਟਰ ਸਾਹਿਬ ਸਾਡੇ ਕੋਲ ਟਾਈਮ ਬਹੁਤ ਥੋੜਾ ਹੁਣ ਬਚਿਆ ਵਾ ਇੰਟਰਵਿਊ ਦਾ ਤੇ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣਾ ਚਾਹੂੰਗਾ ਜਿਹੜੇ ਸਾਡੇ ਨਵੇਂ ਵੀਰ ਨੇ ਅੱਜਕੱਲ ਵੇਖਿਆ ਜਾਵੇ ਤੇ ਬਹੁਤ ਸਾਰੇ ਸਾਡੇ ਯੰਗਸਟਰ ਨੇ ਜਿਨ੍ਹਾਂ ਦਾ ਰੁਝਾਨ ਵਧਿਆ ਵਾ ਇਸ ਪਾਸੇ ਕਲਾ ਸਿੰਗਰ ਬਣ ਸਿੰਗਰ ਤੇ ਆਪਾਂ ਪਹਿਲਾਂ ਹੀ ਬੜਾ ਮਸ਼ਹੂਰ ਆ ਭੀ ਜਿੱਥੇ ਹਨੇਰੇ ਚ ਕਹਿੰਦੇ ਪੰਜਾਬ ਚ ਟ ਮਾਰੋ ਪੰਜਾਬ ਚ ਕਿਉਂ ਤੇ ਆਸਟ੍ਰੇਲੀਆ ਦੀ ਵੀ ਗੱਲ ਹੋਈ ਹੋਈ ਹੈ ਤੇ ਉਹ ਸਿੰਗਰ ਨੂੰ ਨਹੀਂ ਤੇ ਰਾਈਟਰ ਨੂੰ ਤੇ ਵਜਾਈ ਜਾਂਦੀ ਹੈ ਸਹੀ ਗੱਲ ਹੈ ਜੀ ਤੇ ਜੇਕਰ ਹੁਣ ਮੈਂ ਕਹੂੰਗਾ ਜੇ ਹੁਣ ਉਹ ਬਚਦੀ ਆ ਤੇ ਹੁਣ ਸ਼ਾਇਦ ਡਾਇਰੈਕਟਰ ਨੂੰ ਵੀ ਵਜ ਜੇ ਹਾਂ ਮੁੰਲਾਕ ਦਾ ਵਜ ਰਹੀਆਂ ਵਜ ਰਹੀਆਂ ਜੀ ਤੇ ਉਹ ਨਵੇਂ-ਨਵੇਂ ਸਾਡੇ ਯੰਗਸਟਰ ਇਸ ਫੀਲਡ ਦੇ ਵਿੱਚ ਆ ਰਹੇ ਨੇ ਬਹੁਤ ਸਾਰੇ ਕਾਮਯਾਬ ਵੀ ਹੋ ਰਹੇ ਨੇ ਬੜੇ ਸਾਰੇ ਸਟਰਗਲ ਵੀ ਕਰ ਰਹੇ ਨੇ ਉਹਨਾਂ ਦੇ ਲਈ ਕੋਈ ਖਾਸ ਸੰਦੇਸ਼ ਬਾਈ ਮੈਂ ਕਹੂੰਗਾ ਇਹ ਫੀਲਡ ਬਹੁਤ ਚੰਗੀ ਆ ਬਹੁਤ ਕ੍ਰੀਏਟਿਵ ਫੀਲਡ ਹੈ ਨਾ ਇਵਨ ਸਿੰਗਿੰਗ ਕੀ ਹੋਰ 뮤ਜ਼ਿਕ ਵੀਡੀਓ ਡਾਇਰੈਕਸ਼ਨ ਕੀ 뮤ਜ਼ਿਕ ਐਜ਼ ਅ ਡਾਇਰੈਕਟਰ ਵੀ ਜੇ ਉਹ ਆਉਂਦੇ ਨੇ ਨਾ ਕਿਸੇ ਵੀ ਤਰ੍ਹਾਂ ਦੇ ਇਸ ਫੀਲਡ ਜੇ ਐਂਟਰ ਕਰਦੇ ਮੈਂ ਕਹੂੰਗਾ ਬਹੁਤ ਚੰਗੀ ਫੀਲਡ ਹੈ ਬਾਈ ਬਹੁਤ ਮਿਸਕਨਸੈਪਸ਼ਨਸ ਨੇ ਵੀ ਇਹ ਐਦਾਂ ਇਹ ਕਿਤੇ ਚਾਏ ਆ ਕੋਈ ਅਨਸਰਟਨ ਆ ਨਾ ਵੀ ਅੱਗੇ ਪਤਾ ਨਹੀਂ ਕੰਮ ਹੋਊਗਾ ਕਿ ਨਹੀਂ ਜਿਹਨ ਮਿਹਨਤ ਕਰਾਂਗੇ ਭਾਈ ਜ਼ਰੂਰ ਚੱਲਦਾਂ ਨੇ ਬਹੁਤ ਬਹੁਤ ਐਨੋਟ ਇਹੋ ਹੀ ਹੈ ਕਿ ਇੱਥੇ ਪੈਸੇ ਬੜੇ ਆ ਨਹੀਂ ਭਾਈ ਮੈਨੂੰ ਹੈ ਕਿ ਨਹੀਂ ਜ਼ਰੂਰ ਹੈਗੇ ਨੇ ਭਾਈ ਪੈਸੇ ਨਾ ਪਰ ਜੇ ਤੁਸੀਂ ਮਿਹਨਤ ਕਰਦੇ ਸਿਰਫ ਤਾਂ ਨੇ ਮਿਹਨਤ ਕਰਦੇ ਮਿਹਨਤ ਤੁਸੀਂ ਕਿਸੇ ਵੀ ਕੰਮ 'ਚ ਕਰਦੇ ਤੁਹਾਨੂੰ ਪੈਸੇ ਮਿਲ ਜਾਂਦੇ ਜੀ ਇਹ ਨਵਜੀਤ ਬੁੱਟਰ ਕੋ ਪਹਿਲੇ ਦਿਨੋਂ ਘਰੋਂ ਨਿਕਲੇ ਕੈਮਰਾ ਲੈ ਕੇ ਤੇ ਕਿਸੇ ਨੇ 5 ਲੱਖ ਨਹੀਂ ਫੜਾਤਾ ਉਹਦੇ ਪਿੱਛੇ ਬੜੀ ਬੜੀ ਜ਼ਿਆਦਾ ਮਿਹਨਤ ਬੰਦੇ ਦੀ ਲੱਗੀ ਹੁੰਦੀ ਹੈ ਸੋ ਬਹੁਤੀ ਵਾਰੀ ਆਪਾਂ ਇਹੋ ਹੀ ਗਲਤੀ ਕਰਦੇ ਆਪਾਂ ਇਹ ਨਹੀਂ ਸੋਚਦੇ ਕਿ ਉਸ ਬੰਦੇ ਦੇ ਕੰਮ ਪਿੱ ਉਹ ਵੇਖਦੇ ਆ ਕਿ ਅੱਜ ਦੀ ਡੇਟ 'ਚ ਯਾਰ ਇੰਨੇ ਪੈਸੇ ਲੈ ਲਏ ਤੇ ਇੱਕ ਦਿਨ 'ਚ ਇੰਨੇ ਪੈਸੇ ਬਣਾ ਗਏ ਹੁਣ ਉਹ ਉਹ ਇੱਕ ਦਿਨ ਤੱਕ ਪਹੁੰਚਣ ਦੇ ਲਈ ਜਿਹੜੇ ਪਿਛੇ ਸਖਲਾਂ ਲੱਗੇ ਨੇ ਜਿਹੜੀ ਸਕਿੱਲ ਡਿਵੈਲਪ ਕਰਨ ਨੂੰ ਟਾਈਮ ਲੱਗਦਾ ਭਾਜੀ ਜੀ ਬੰਦਾ ਉਹਦੇ ਕਮਾਉਂਦਾ ਫਿਰ ਬਿਲਕੁਲ ਜੀ ਇੱਕ ਕੋਈ ਸੌਖਾ ਰਾਹ ਨਹੀਂ ਆ ਮੈਂ ਕਹੂੰਗਾ ਨਵਜੀਤ ਬੁੱਟਰ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹਨਾਂ ਦਾ ਰਾਹ ਕੋਈ ਸੌਖਾ ਨਹੀਂ ਹੈ ਜੀ ਆਸਟ੍ਰੇਲੀਆ ਤੋਂ ਛੱਡ ਕੇ ਵਾਪਸ ਜਾਣਾ ਇੱਕ ਬੜੀ ਵੱਡੀ ਗੱਲ ਹੈ ਅਸੀਂ ਆਏ ਆ ਇੱਥੇ ਛੱਡਣ ਦਾ ਸੋਚੀਏ ਤੇ ਇੱਕ ਵਾਰੀ ਲੂ ਕੰਡੇ ਹੁੰਦੇ ਆ ਕਿ ਜਾ ਕੇ ਉੱਥੇ ਕਰਾਂਗੇ ਕੀ ਤੇ ਬੜ ਸਾਰਾ ਕੁਝ ਆ ਕੇ ਛਾੜੇ ਛਾੜਾ ਕੇ ਵਾਪਸ ਗਏ ਹੋ ਦੁਬਾਰਾ ਤੋਂ ਸਟਰਗਲ ਤੁਸੀਂ ਕੀਤੀ ਹੈ ਤੇ ਹੁਣ ਕਾਮਯਾਬੀ ਦੀਆਂ ਬਲੰਦੀਆਂ ਦੇ ਉੱਤੇ ਤੁਸੀਂ ਪਹੁੰਚੇ ਜੇਕਰ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਡਾ ਨਾਂ ਜਿਹੜਾ ਵਾ ਮੋਢਲੇ ਨਾਵਾਂ ਦੇ ਵਿੱਚ ਜ਼ਰੂਰ ਗਿਣਿਆ ਜਾਂਦਾ ਮਹਾਰਾਜ ਇਸੇ ਤਰ੍ਹਾਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦਵੇ ਤੇ ਇਸੇ ਤਰ੍ਹਾਂ ਸਾਡੇ ਭਾਈਚਾਰੇ ਦੀ ਸੇਵਾ ਕਰਦੇ ਰਹੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਨਵਜੀਤ ਜੀ ਸਾਡੇ ਸਰੋਤਿਆਂ ਦੇ ਲਈ ਜਾਂਦੇ ਜਾਂਦੇ ਕੋਈ ਚਾਰ ਬੋਲ ਕੋਈ ਦੋ ਬੋਲ ਸਾਂਝੇ ਕਰਨੇ ਚਾਹੋ ਪਾ ਜੀ ਮੈਂ ਇਹ ਕਹੂੰਗਾ ਬਹੁਤ ਯੰਗ ਆਸਟ੍ਰੇਲੀਆ ਤੇ ਅੱਧਾ ਹੀ ਝੰਗ ਰਹੇ ਜੀ ਅੱਧਾ ਹੀ ਝੰਗ ਮਿਊਜ਼ਿਕ ਤੇ ਅੱਧਾ ਹੀ ਝੰਗ ਇੰਡਸਟਰੀ ਬਣੀ ਰਹੇ ਨਾ ਤੇ ਆਸਟ੍ਰੇਲੀਆ ਨਾਲ ਸਾਡਾ ਫਿਊਚਰ ਹੈ ਬਿਲਕੁਲ ਬਿਲਕੁਲ ਤੁਸੀਂ ਆ ਛੱਡ ਦਿਓ ਸਾਡਾ ਤੋਂ ਨਹੀਂ ਆ ਹੋਣਾ ਇੱਥੇ ਨਹੀਂ ਫੇਰ ਇੰਡੀਆ ਜਾਣਾ ਸਹੀ ਗੱਲ ਹੈ ਜੀ ਜੋ ਵੀ ਤੁਹਾਡੇ ਮਨਸੂਬੇ ਨੇ ਜੋ ਵੀ ਦਿਲ ਵਿੱਚ ਤੁਸੀਂ ਧਾਰੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਜਾਰੀ ਰੱਖੋ ਆਪਣਾ ਸਟਰਗਲ ਤੇ ਜਿੱਥੇ ਵੀ ਜਿੱਦਾਂ ਦੀ ਵੀ ਤੁਹਾਨੂੰ ਹੈਲਪ ਦੀ ਲੋੜ ਆ ਉਹ ਸਾਡੇ ਵੀਰ ਪੰਜਾਬ ਤੋਂ ਵੀ ਤੇ ਇੱਥੇ ਆ ਕੇ ਵੀ ਤੁਹਾਡੀ ਮਦਦ ਕਰਨ ਲਈ ਬਿਲਕੁਲ ਤਿਆਰ ਨੇ ਬਹੁਤ-ਬਹੁਤ ਸ਼ੁਕਰੀਆ ਬੁੱਟਰ ਸਾਹਿਬ ਬਹੁਤ ਸ਼ੁਕਰੀਆ ਜੀ ਜੀ ਸ਼ੁਕਰੀਆ ਜੀ ਇਹ ਸੰਜੀ ਨਵਜੀਤ ਬੁੱਟਰ ਜੀ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਮੈਲਬੌਰਨ ਦੇ ਵਿੱਚ ਮੌਜੂਦ ਨੇ ਤੇ ਵੀਡੀਓ ਡਾਇਰੈਕਸ਼ਨ ਦਾ ਕੰਮ ਕਰ ਰਹੇ ਨੇ ਇੱਥੇ ਵੀ ਜੇਕਰ ਤੁਸੀਂ ਵੀ ਕੋਈ ਕੰਮਕਾਰ ਇਹਨਾਂ ਕੋਲੋਂ ਕਰਵਾਉਣਾ ਕੋਈ ਗਾਣਾ ਗਾ ਕੇ ਬੈਠੇ ਜੇ ਤੁਸੀਂ 뮤직 ਕਰਵਾ ਕੇ ਤੇ ਵੀਡੀਓ ਦੇ ਲਈ ਕੋਈ ਸੋਰਸ ਨਹੀਂ ਲੱਭ ਰਿਹਾ ਤੇ ਇਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਜ ਸਾਡੇ ਫੇਸਬੁਕ ਪੇਜ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਤੁਹਾਨੂੰ ਇਹਨਾਂ ਦੀਆਂ ਡਿਟੇਲ ਜੇਕਰ ਨਹੀਂ ਆਈਆਂ ਤੇ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਇਹਨਾਂ ਦੇ رابطہ ਕਾਇਮ ਕਰਵਾਉਣ ਦੀ